कारा तुझे न व्यापई नानक मिटे हैं उपात। कारा तुझे न व्यापई नानक मिटे हैं उपात। सतनाम वाहे गुरु साहिब जियो तन्हासरी महला पहला छंत एक ओंकार सतगुर प्रसाद। तीर्थ नावण जाऊं तीर्थ नाम है तीर्थ शब्द विचार अंतर ज्ञान है। तीर्थ नावण जाऊं तीर्थ नाम है तीर्थ शब्द विचार अंतर ज्ञान है। गुर ज्ञान साचा थान तीर्थ दस पूर्व सदा दशहरा। हाँ नाम हर का सदा जाचो देह प्रभ तरणी तरा। संसार रोगी नाम दारू मैल लागै सच बिना। गुरवाक निर्मल सदा चानन नित साच तीर्थ मजना। साच न लागै मैल क्या मल तोई है। गुण है हार परोए किसको रोई है। विचार मारे तरै तारे उल्ट जोन ना आवे। आप पारस परम ध्यानी साच साचे पावे। आनंद अनदिन हरख साचा दुख किल विख पर हरे। सच नाम पाया गुर दिखाया मैल नाही सच मने। संगत मीत मिलाप पूरा नावणो गावे गावनहार शब्द सुहावणो। सालाह साचे मन सतगुर पुन दान दया मते। पिर संग भावे सहज नावे बेणी ता संगम सत सते। आराध एकंकार साचा नित दे चढ़े सवाया। गत संग मीता संत संगत कर नदर मेल मिलाया। कहन कहे सब कोए केवड आखिए। हौं मूर्ख नीच अजान समझा साखिए। सच गुर की साखी अमृत पाखी तित मन मानिया मेरा। कूच करहें आवहें बिखला दे शब्द सच्चै गुर मेरा। आखण तोट न भगत पंडारी भरपुर रहया सोई। नानक साच कह बेनंती मन मांजै सच सोई। आखण तोट न भगत पंडारी भरपुर रहया सोई। नानक साच कह बेनंती मन मांजै सच सोई। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अजीम अपार बख्शिश सवेर समय असी सतसंगत माण रहे हाँ। अजे हुणे कीर्तन स्वरूप विच आसा की वार उदा अलापन होया है।
ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ, ਜਿਸ ਵਿੱਚ ਜੋ ਅੱਜ ਦਾ ਹੁਕਮਨਾਮਾ ਇਸ ਪਾਵਨ ਅਸਥਾਨ ਤੋਂ ਸਾਨੂੰ ਗੁਰਸਰੂਪ ਪ੍ਰਕਾਸ਼ਿਤ ਹੁੰਦਿਆਂ ਤਾਮੀਰ ਹੋ ਰਿਹਾ ਹੈ, ਉਸ ਦੀ ਅਸੀਂ ਵਿਆਖਿਆ ਵਿਵੇਚਨਾ ਨਾਲ ਸਾਂਝ ਪਾਉਣੀ ਹੈ। ਸ਼ਬਦ ਰੂਪ ਆਪਨੇ ਸਰਵਨ ਕੀਤਾ ਹੈ। ਤਨਾਸਰੀ ਰਾਗ ਅੰਦਰ ਮਹਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਦੁਆਰਾ ਪਹਿਲੇ ਜਾਮੇ ਦੇ ਵਿੱਚ ਉਚਰਿਤ ਕੀਤਾ ਗਿਆ ਇਹ ਪਵਿੱਤਰ ਪਾਵਨ ਗੁਰਮਾਣਕ ਹੈ। ਸਮੁੱਚਾ ਸਿਰਨਾਵਾਂ ਬਣਦਾ ਹੈ ਤਨਾਸਰੀ ਮਹਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਤਨਾਸਰੀ ਵਿੱਚ ਗੁਰੂ ਨਾਨਕ ਸਾਹਿਬ ਉਚਾਰਨ ਕਰਤਾ ਨੇ, ਛੰਤਾਂ ਦੇ ਰੂਪ ਦੇ 'ਚ ਬਚਨ ਹੈ। ਇਸ਼ਟ ਦਾ ਮੰਗਲ ਹੈ ਮੂਲ ਮੰਤਰ ਦਾ ਸੰਕਸ਼ਿਪਤ ਸਵਰੂਪ। ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਵਿਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ, ਜਿਹਨੂੰ ਅਸੀਂ ਨਿਰਗੁਣ ਸਰੂਪ ਕਹਿੰਦੇ ਹਾਂ। ਉਸ ਨਿਰਗੁਣ ਸਰੂਪ ਜੀ ਦੀ ਸਿੱਧੀ ਪ੍ਰਾਪਤੀ ਸਾਡੇ ਨਾਲ ਸਾਂਝ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਬਖਸ਼ਿਸ਼ ਨਾਲ ਹੋ ਸਕਦੀ ਹੈ। ਸੋ ਅੱਗੇ ਵਾਕ ਪ੍ਰਾਰੰਭ ਹੈ, ਜਿਵੇਂ ਬੇਨਤੀ ਕੀਤੀ, ਛੰਤਾਂ ਦਾ ਬਚਨ ਹੈ, ਚਾਰ ਬੰਧ ਨੇ, ਲਮੇਰਾ ਸ਼ਬਦ ਹੈ। ਬਣਦੇ ਸਮੇਂ ਵਿੱਚ ਯਤਨ ਕਰਾਂਗੇ ਵੱਧ ਤੋਂ ਵੱਧ ਪਦੇ ਪੰਕਤੀਆਂ ਵਿਚਾਰ ਸਕੀਏ। ਵਿਚਾਰ ਦਾ ਆਗਾਜ਼ ਬਿਲਕੁਲ ਪਹਿਲੀ ਸਤਰ ਤੋਂ ਹੋਏਗਾ। ਗੁਰਦੇਵ ਜ਼ਿਕਰ ਕਰਦੇ ਨੇ, ਤੀਰਥ ਨਾਵਣ ਜਾਉਂ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਨਾਨਕ ਸਾਹਿਬ ਨੇ ਉਸ ਖਿੱਤੇ ਦੇ ਵਿੱਚ ਸੱਚ ਅਤੇ ਧਰਮ ਦਾ ਸੰਦੇਸ਼ ਦਿੱਤਾ, ਜਿਹੜਾ ਖਿੱਤਾ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਧਰਮ ਦੀ ਐਕਸਰਸਾਈਜ਼ 'ਤੇ ਕਰ ਰਿਹਾ ਸੀਗਾ। ਜਿਹਨੂੰ ਬਾਣੀ 'ਚ ਗੁਰੂ ਸਾਹਿਬ ਨੇ ਆਪ ਲਿਖਿਆ ਵੀ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ। ਲੱਗਦਾ ਐਵੇਂ ਸੀ ਜਿਵੇਂ ਧਰਮ ਬੜਾ ਆ, ਧਾਰਮਿਕ ਲੋਕ ਬੜੇ ਨੇ, ਪਰ ਰਿਐਲਿਟੀ ਦੇ ਵਿੱਚ ਉਹਨਾਂ ਦੇ ਜੀਵਨ ਵਿੱਚੋਂ ਧਰਮ ਦੀ ਸੂਝ ਖਤਮ ਹੋ ਗਈ। ਧਰਮ ਦੇ ਨਾਂ 'ਤੇ ਭਰਮ ਪਾਲਿਆ ਜਾ ਰਿਹਾ ਹੈ। ਜੇ ਇੰਝ ਕਹਿ ਲਿਆ ਜਾਏ, ਇਹੋ ਜਿਹੀਆਂ ਜੀਵਨ ਜਾਚਾਂ ਜਾਂ ਇਹੋ ਜਿਹਾ ਧਾਰਮਿਕ ਆਵਰਣ ਕਰਮ ਕਾਂਡ ਜਿਹਦੇ ਵਿੱਚੋਂ ਜੀਵਨ ਨੂੰ ਉਸਾਰਨ ਵਾਸਤੇ, ਚੰਗੇਰੇ ਪਾਸੇ ਲਿਜਾਣ ਵਾਸਤੇ ਕੁਝ ਵੀ ਪ੍ਰਾਪਤ ਨਹੀਂ ਹੋ ਰਿਹਾ, ਜਿਵੇਂ ਤੀਰਥ ਰਟਨ ਕਰਨੇ, ਉਸ ਕਿਸਮ ਦੇ ਅਨੁਸ਼ਠਾਨ ਕਰਨੇ, ਇਹ ਸਭ ਸਾਧਨਾਵਾਂ ਸਾਧਨੀਆਂ, ਇਹ ਸਭ ਕਿਰਿਆਵਾਂ ਦੇ ਵਿੱਚ ਲੱਗੇ ਰਹਿਣਾ। ਈਵਨ ਅਜੇ ਤੱਕ ਵੀ ਆਪ, ਮੈਂ ਤਾਂ ਕਈ ਵਾਰ ਬੇਨਤੀ ਕਰਦਾ, ਜੇ ਕਿਤੇ ਪਿੰਡਾਂ ਥਾਵਾਂ 'ਤੇ ਪੰਜਾਬ ਵਿੱਚੋਂ ਆਏ ਹੋ ਅਤੇ ਉੱਥੇ ਝਾਤ ਮਾਰ ਕੇ ਵੇਖੋਗੇ ਪਿੱਛੇ, ਤਾਂ ਪਤਾ ਲੱਗੇਗਾ ਵੱਡੇ ਤੋਂ ਵੱਡਾ ਧਾਰਮਿਕ ਕਰਮ ਸਾਡੇ ਵਾਸਤੇ ਕੀ ਹੁੰਦਾ ਸੀਗਾ। ਅਸੀਂ ਇਹ ਯਾਦ ਕਰਦੇ ਹਾਂ ਕਿ ਕਿਤੇ ਮੱਸਿਆ ਨਾ ਆਏ, ਕਿਤੇ ਪੁੰਨਿਆ ਨਹਾਉਣ ਚਲੇ ਗਏ, ਕਿਤੇ ਕੋਈ ਹੋਰ ਖਾਸ ਦਿਨ 'ਤੇ ਕਿਸੇ ਜਗ੍ਹਾ 'ਤੇ ਨਹਾਉਣ ਲਈ ਤੁਰ ਗਏ। ਸੋ ਇਸੇ ਚੀਜ਼ ਨੂੰ ਹੀ ਲੋਕਾਂ ਨੇ ਧਰਮ, ਈਵਨ ਅਜੇ ਤੱਕ ਵੀ ਇਸ ਲੈਵਲ 'ਤੇ ਕਿਤੇ ਨਾ ਕਿਤੇ ਉਸੇ ਕਿਸਮ ਦੀ ਬਾਤ ਵਿੱਚ ਲੋਕ ਫਸੇ ਹੋਏ ਨੇ। ਗੁਰੂ ਨਾਨਕ ਸਾਹਿਬ ਪਹਿਲੇ ਜਾਮੇ 'ਚ ਹੀ ਬਾਤ ਕਰਦੇ, ਮੈਂ ਤੀਰਥਾਂ ਦਾ ਵਿਰੋਧੀ ਨਹੀਂ, ਮੈਂ ਤੀਰਥਾਂ ਤੋਂ ਬਾਗੀ ਵੀ ਨਹੀਂ, ਪਰ ਹਾਂ ਤੀਰਥ ਦਾ ਮਤਲਬ ਸਮਝੋ। ਤੀਰਥ ਦਾ ਮਤਲਬ ਸਿਰਫ ਪਾਣੀ ਦਾ ਤੀਰ, ਪਾਣੀ ਦਾ ਕੰਢਾ ਨਹੀਂ ਹੈਗਾ। ਜਿਵੇਂ ਜਪਜੀ ਸਾਹਿਬ ਹੀ ਪੜ੍ਹੀਏ, ਗੁਰੂ ਸਾਹਿਬ ਨੇ ਇੱਕ ਕਾਇੰਡ ਆਫ ਸਪਿਰਿਚੁਅਲ ਐਂਥਰੋਪੋਲੋਜਿਸਟ ਦੀ ਤਰ੍ਹਾਂ, ਜਿਵੇਂ ਸੱਭਿਅਤਾਵਾਂ ਦੇ ਵਿੱਚ ਜੋ ਕੁਝ ਪੈਦਾ ਹੁੰਦਾ ਆ, ਉਸ ਸਾਰੇ ਦੇ ਉੱਤੇ ਗੁਰੂ ਸਾਹਿਬ ਨੇ ਉਸ ਮੁਆਸ਼ਰੇ ਨੂੰ ਸਾਹਮਣੇ ਰੱਖਦਿਆਂ ਹੋਇਆਂ ਉਹਦੇ 'ਤੇ ਕੌਮੈਂਟ ਕੀਤੇ, ਟਿੱਪਣੀਆਂ ਕੀਤੀਆਂ। ਬਚਨ ਹੀ ਪ੍ਰਾਰੰਭ ਇੱਥੋਂ ਕੀਤਾ, ਸੋਚੈ ਸੋਚ ਨਾ ਹੋਵੇ। ਇੱਥੇ ਸੋਚ ਦਾ ਮਤਲਬ ਵਰੀਜ਼ ਕਰਨਾ ਨਹੀਂ ਹੈਗਾ, ਚਿੰਤਾਵਾਂ ਕਰਨਾ ਨਹੀਂ ਹੈਗਾ। ਮੋਸਟਲੀ ਬਾਣੀ ਦੇ ਵਿੱਚ ਜਦੋਂ ਵਰੀਜ਼ ਦੀ ਗੱਲ ਆਏਗੀ, ਜਦੋਂ ਫਿਕਰਮੰਦਗੀ ਦੀ ਗੱਲ ਆਏਗੀ, ਉੱਥੇ ਲਫ਼ਜ਼ ਤੁਹਾਨੂੰ ਚਿੰਤਾ ਮਿਲੇਗਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਚਿੰਤਾ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤੂ ਪਾਈ ਅੰਤਿ ਨਾ ਪਿਰੋ ਜੀ ਦੇ। ਜਾਂ ਅਸੀਂ ਬਚਨ ਪੜ੍ਹਦੇ ਹਾਂ, ਚਿੰਤਾ ਤਾਂ ਕੀ ਜੀ ਹੈ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਜਾਂ ਚਿੰਤਤ ਹੀ ਦਿਸ ਹੈ ਸਭ ਕੋਏ। ਮਤਲਬ ਇਹ ਲਫ਼ਜ਼ ਵਾਰ ਵਾਰ ਦੁਹਰਾਓ ਵਿੱਚ ਆਏਗਾ। ਜਿੱਥੇ ਆਵੇਗਾ ਸੋਚ ਲਫ਼ਜ਼, ਤੁਸੀਂ ਬਾਣੀ 'ਚ ਹੋਰ ਬਹੁਤ ਪੰਕਤੀਆਂ ਪੜੋਗੇ ਐਸੀਆਂ, ਸੋਚ ਕਰੇ ਦਿਨਸ ਅਰ ਰਾਤ। ਹੁਣ ਇਹ ਬਿਲਕੁਲ ਉਸੇ ਸੋਚਾ ਸੋਚ ਨਾ ਹੋਵੇ ਉਹਦੇ ਨਾਲ ਬਿਲਕੁਲ ਜਿਹੜਾ ਹੈਗਾ ਰਿਲੇਟ ਕਰਕੇ ਵਰਡ ਮਿਲਦਾ ਤੁਹਾਡੇ ਸਾਹਮਣੇ, ਉਹਦੇ ਨਾਲ ਬਿਲਕੁਲ ਪੈਰਲਰ ਜਾ ਰਿਹਾ ਹੈਗਾ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਹੁਣ ਸੋਚ ਮਤਲਬ ਸੁਚਮਤਾ ਵਾਸਤੇ, ਜਿੱਥੋਂ ਲਫ਼ਜ਼ ਬਣਿਆ ਸ਼ੌਚਾਲਿਆ, ਆਪਣੇ ਆਪ ਨੂੰ ਸੁੱਚਿਆਂ ਕਰਨ ਵਾਸਤੇ
ਜਿਹਨੂੰ ਕਹਿ ਲਿਆ ਕਿ ਬੰਦਾ ਆਪਣੀ ਜਿਹੜੀ ਇੰਟਰਨਲ ਕਲੀਂਜਿੰਗ ਆ, ਜਿਹੜੀ ਅੰਦਰ ਦੀ ਪਿਓਰਿਟੀ ਹੈ, ਉਹਨੂੰ ਲੱਭਣ ਵਾਸਤੇ ਧਾਰਮਿਕ ਅਸਥਾਨਾਂ 'ਤੇ, ਖਾਸ ਕਰਕੇ ਪਾਣੀ ਦੇ ਕੰਢਿਆਂ 'ਤੇ ਜਾ ਰਿਹਾ, ਉੱਥੇ ਜਾ ਕੇ ਸੁੱਚੇ ਹੋਣ ਵਾਸਤੇ ਨਹਾ ਰਿਹਾ, ਸੋਚ ਕਰੇ ਦਿਨ ਅਰ ਰਾਤ, ਰਾਤ ਦਿਨ ਨਹਾਈ ਜਾਂਦਾ ਉੱਥੇ। ਮਨ ਕੀ ਮੈਲ ਨ ਤਨ 'ਤੇ ਜਾਤ, ਜਿਹੜੀ ਮਨ ਦੀ ਮੈਲ ਆ, ਇਕੱਲੇ ਤਨ ਧੋਣ ਨਾਲ ਤਾਂ ਨਹੀਂ ਨਾ ਚਲੀ ਜਾਏਗੀ। ਹੁਣ ਇਹ ਬੜੇ ਦਲੀਲਾਤਮਕ ਪੱਖ ਦੇ ਨਾਲ, ਬੜੇ ਲੌਜੀਕਲੀ ਵੇ ਦੇ ਨਾਲ ਗੁਰੂ ਬਾਬਾ ਜੀ ਨੇ ਸਾਨੂੰ ਇਹ ਬਾਤ ਇਸ ਤਰੀਕੇ ਨਾਲ ਸਮਝਾਈ। ਈਵਨ ਹੋਰ ਅਸੀਂ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਮਹਾਰਾਜ ਜ਼ਿਕਰ ਕਰਦੇ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਬੰਦਾ ਵੈਸੇ ਤਾਂ ਤੀਰਥਾਂ 'ਤੇ ਨਹਾਉਣ ਜਾ ਰਿਹਾ ਅਤੇ ਮਨ ਦੇ ਖੋਟ ਬਾਰੇ ਅਹਿਸਾਸ ਹੀ ਕੁਝ ਨਹੀਂ, ਹਾਲਤ ਇਹ ਹੈ ਪਤਾ ਨਹੀਂ ਉੱਥੋਂ ਕੁਝ ਮਿਲਣਾ ਕਿ ਨਹੀਂ ਮਿਲਣਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾ ਉਤਰ ਸਨਾਤੇ ਹਾਂ ਦੋਏ ਪਾ ਚੜ੍ਹੀ ਉਸ ਹੋਰ। ਪਤਾ ਨਹੀਂ ਇੱਕ ਅੱਧਾ ਕੁਝ ਲਏਗਾ ਕਿ ਨਹੀਂ ਲਏਗਾ, ਹਾਂ ਉੱਥੋਂ ਹੋਰ ਬਹੁਤ ਚੀਜ਼ਾਂ ਖੱਟ ਕੇ ਲੈ ਆਵੇਗਾ ਨਾਲ। ਭਾਵ ਬੰਦਾ ਜਿੰਨੀ ਦੇਰ ਤੱਕ ਆਪਣੇ ਉਸ ਇੰਟਰਨਲ ਜਿਹੜਾ ਉਹਦਾ ਵਰਲਡ ਆ, ਜਿਹੜਾ ਸੰਸਾਰ ਆ, ਜਿਹੜਾ ਅੰਦਰੂਨੀ ਉਹ ਦੁਨੀਆ ਚੱਲ ਰਹੀ ਹੈ, ਉਹਦੇ 'ਤੇ ਕੰਮ ਨਾ ਕਰੇ, ਇਹਦੇ ਸੁਧਾਰ ਦੀ ਉਮੀਦ ਨਹੀਂ। ਈਵਨ ਬਾਣੀ 'ਚ ਅਸੀਂ ਇੱਥੋਂ ਤੱਕ ਵੀ ਬਚਨ ਪੜ੍ਹ ਲੈਂਦੇ ਹਾਂ, ਗੁਰੂ ਮਹਾਰਾਜ ਨੂੰ ਪੁੱਛੀਏ ਬਾਬਾ ਜੀ ਤੁਸੀਂ ਵਾਕਿਆ 'ਚ ਹੀ ਕਹਿੰਦੇ ਹੋ ਕਿ ਨਹਾਉਣ ਦਾ ਕੋਈ ਫਾਇਦਾ ਨਹੀਂ? ਬਾਬਾ ਜੀ ਕਹਿੰਦੇ ਪਹਿਲਾਂ ਆਪਣੇ ਆਪੇ ਨੂੰ ਤਾਂ ਸਮਝ, ਤੇਰੀ ਸਮੱਸਿਆ ਕੀ ਹੈ, ਤੇਰੀ ਮੁਸ਼ਕਲ ਕੀ ਹੈ। ਸਪੋਜ਼ ਕਰੋ ਮੁਸ਼ਕਲ ਬੰਦੇ ਦੀ ਹੋਏ, ਬੰਦੇ ਨੂੰ ਲੱਗੀ ਹੋਈ ਭੁੱਖ, ਅਤੇ ਬੰਦਾ ਇਹ ਸੋਚੇ ਕਿ ਓਹੋ ਮੇਰਾ ਨਾ ਅਸਲ ਦੇ ਵਿੱਚ ਜਿਹੜਾ ਹੈਗਾ ਆ, ਮੇਰਾ ਸਿਰ ਦੁੱਖ ਰਿਹਾ, ਮੈਨੂੰ ਦਵਾਈ ਖਾਣੀ ਚਾਹੀਦੀ ਹੈ, ਮੇਰਾ ਢਿੱਡ ਦੁੱਖ ਰਿਹਾ, ਮੈਨੂੰ ਦੋ ਗੋਲੀਆਂ ਖਾਣੀਆਂ ਚਾਹੀਦੀਆਂ। ਕੋਈ ਸਿਆਣਾ ਬੰਦਾ ਕਿ ਗੋਲੀਆਂ ਬਾਅਦ 'ਚ ਖਾ ਲਈ, ਪਹਿਲਾਂ ਰੋਟੀ ਖਾ ਕੇ ਵੇਖ। ਹੋ ਸਕਦਾ ਹੈ ਇਹਦੇ ਨਾਲ ਹੀ ਲੈਕ ਆਫ ਸ਼ੂਗਰ, ਲੈਕ ਆਫ ਐਨਰਜੀ ਜਿਹੜੀ ਹੈ ਤੈਨੂੰ ਇਸ ਕਿਸਮ ਨਾਲ ਬਿਮਾਰ ਕਰ ਰਹੀ ਹੈ। ਹੁਣ ਜਿਹੜੀ ਗੁਰੂ ਬਾਬਾ ਜੀ ਨੇ ਬਾਤ ਕੀਤੀ ਬਾਣੀ ਦੇ 'ਚ, ਮਹਾਰਾਜ ਜ਼ਿਕਰ ਕਰਦੇ, ਪਾਪ ਕਰੇ ਪੰਚਾਂ ਕੇ ਬਸ ਰੇ, ਜਿਹੜੀਆਂ ਪਾਪ ਬਿਰਤੀਆਂ ਨੇ ਇਹ ਤਾਂ ਪੰਜਾਂ ਦੇ ਵੱਸ ਹੋ ਕੇ ਆਉਂਦੀਆਂ ਨੇ। ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜ਼ੋਰ ਪਾਉਂਦੇ ਬੰਦਾ ਨਾ ਕਰਨ ਯੋਗ ਕੰਮ ਕਰ ਜਾਂਦਾ। ਐਗਜੈਕਟਲੀ ਜਪਜੀ ਸਾਹਿਬ 'ਚ ਫਿਰ ਪੜ੍ਹੋ ਤੁਸੀਂ ਅੱਗੇ ਜਾ ਕੇ, ਬਾਬਾ ਜੀ ਨੇ ਜਿਹੜਾ ਬਚਨ ਕਿਹਾ, ਮਹਾਰਾਜ ਜ਼ਿਕਰ ਕਰਦੇ ਕਿ ਬੰਦੇ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਖੇ। ਪਾਣੀ ਦੀ ਪਾਇਆ ਇੰਨੀ ਹੈ, ਹੱਥਾਂ ਪੈਰਾਂ ਨੂੰ ਲੱਗੀ ਹੋਈ ਮਿੱਟੀ ਧੋ ਦੇਗਾ। ਇਹ ਵਾਕਿਆ 'ਚ ਠੀਕ ਗੱਲ ਹੈ ਕਿ ਪਾਣੀ ਜਿਹੜਾ ਇੰਨਾ ਕੰਮ ਕਰ ਦਿੰਦਾ, ਪਰ ਜੇਕਰ ਸਾਡੇ ਕੱਪੜਿਆਂ ਨੂੰ ਜਿਹੜਾ ਸਾਡਾ ਬਾਡੀ ਆਰਡਰ ਆ, ਜਿਹੜਾ ਪਲੀਤਤਾ ਆ, ਇਹ ਲੱਗ ਜਾਏ ਤਾਂ ਬਾਬਾ ਜੀ ਕਹਿੰਦੇ ਪਾਣੀ ਦੀ ਪਾਇਆ ਖਤਮ ਹੋ ਜਾਂਦੀ ਹੈ। ਇਕੱਲਾ ਪਾਣੀ ਕੱਪੜੇ ਦੇ ਵਿੱਚੋਂ ਸਾਡੇ ਸਰੀਰ ਦੀ ਗਈ ਹੋਈ ਮੁਸ਼ਕ ਅਤੇ ਗੰਦਗੀ ਨਹੀਂ ਕੱਢ ਸਕਦਾ। ਅਸੀਂ ਬਚਨ ਪੜ੍ਹਦੇ ਹਾਂ, ਸਭ ਜ਼ਿਕਰ ਕਰਦੇ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ, ਉਹਦੇ ਲਈ ਇੱਕ ਐਕਸਟਰਾ ਚੀਜ਼ ਚਾਹੀਦੀ ਹੈ, ਦੇ ਸਾਬੂਨ ਲਈਐ ਉਹ ਧੋਏ। ਉਹ ਧੁੱਪ ਜਾਏਗਾ ਪਰ ਕੱਪੜੇ ਨੂੰ ਸਾਬਣ ਦੇਣਾ ਪਏਗਾ। ਜਿੰਨੀ ਦੇਰ ਤੱਕ ਐਕਸਟਰਾ ਕੈਮੀਕਲ ਯੂਜ਼ ਨਹੀਂ ਕਰੋਗੇ ਉਹਦੇ ਵਿੱਚੋਂ ਬਾਡੀ ਆਰਡਰ ਨਹੀਂ ਜਾਏਗਾ। ਅਤੇ ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਜਿੱਥੇ ਮਾੜੇ ਖਿਆਲ ਪਾਪਾ ਕੇ ਆ ਮਤ ਭਰ ਲਈਏ ਪਾਪਾਂ ਦੇ ਨਾਲ, ਇਹ ਕਿਵੇਂ ਧੁੱਪ ਜਾਏਗੀ ਪਾਣੀ ਦੇ ਵਿੱਚ। ਇੱਥੋਂ ਫਿਰ ਸਾਹਿਬ ਨੇ ਕਿਹਾ ਜਿਹੜਾ ਬਚਨ ਕਿਹਾ, ਪਾਪ ਕਰੇ ਪੰਚਾਂ ਕੇ ਬਸਰੇ, ਫਿਰ ਕਰਦਾ ਕਿ ਇਹ ਤੀਰਥ ਨਹਾਏ ਕਹੇ ਸਭ ਉਤਰੇ। ਉੱਥੇ ਜਾ ਕੇ ਨਹਾਇਆ ਅਤੇ ਨਹਾ ਕੇ ਕਿਹਾ ਸਭ ਲੈ ਗਏ। ਬਾਬਾ ਜੀ ਕਹਿੰਦੇ ਨਾ ਨਾ, ਬਹੁਰ ਕਮਾਵੈ ਹੋਏ ਨਿਸੰਕ, ਜਮਪੁਰ ਬਾਦ ਖਰਾ ਕਾਲੰਕ। ਇਹੋ ਜਿਹਾ ਕਲੰਕਤ ਮਨੁੱਖ ਜਮਾਂ ਦੀ ਪੂਰੀ ਤੋਂ ਨਹੀਂ ਬਚ ਸਕੇਗਾ। ਇਹ ਹੈ ਜਿਹਨੂੰ ਸਿੱਖੀ ਨੇ ਸੈਲਫ ਚੀਟਿੰਗ। ਬੰਦਾ ਆਪਣੇ ਆਪ ਨੂੰ ਆਪ ਧੋਖਾ ਦੇ ਰਿਹਾ, ਆਪਣੇ ਆਪ ਨਾਲ ਆਪ ਹੀ ਧੋਖਾ ਕਰ ਰਿਹਾ। ਬਾਬਾ ਜੀ ਕਹਿੰਦੇ ਸਹੀ ਰੂਪ ਵਿੱਚ ਦੇਖ, ਤੀਰਥ ਨਹਾਉਣ ਦਾ ਮਤਲਬ ਕੀ ਹੈ? ਬਚਨ ਆ ਤੀਰਥ ਨਹਾਵਣ ਜਾਊਂ, ਫਸਟ ਪਰਸਨ ਐਡਰੈਸਿੰਗ ਸਟਾਈਲ ਵਿੱਚ ਗੁਰੂ ਬਾਬਾ ਜੀ ਨੇ ਬਚਨ ਉਚਰਿਤ ਕੀਤਾ। ਮਹਾਰਾਜ ਕਹਿੰਦੇ ਮੈਂ ਤੀਰਥ ਤੋਂ ਬਾਗੀ ਨਹੀਂ, ਮੈਂ ਤੀਰਥ 'ਤੇ ਨਹਾਉਣ ਵਾਸਤੇ ਤਿਆਰ ਹਾਂ, ਜਾਣ ਲਈ ਤਿਆਰ ਹਾਂ। ਤੀਰਥ ਨਹਾਵਣ ਜਾਊਂ, ਤੀਰਥ ਨਾਮ ਹੈ, ਪਰ ਮੇਰਾ ਤੀਰਥ ਸਿਰਫ ਪਾਣੀ ਨਹੀਂ, ਨਾਮ ਰੂਪ ਆ। ਹੁਣ ਨਾਮ ਰੂਪ ਨੂੰ ਸਮਝਣਾ, ਗੁਰੂ ਬਾਬਾ ਜੀ ਨੇ ਆਪ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ 'ਚ ਬੌਲੀ ਦੀ ਖੁਦਵਾਈ ਕੀਤੀ ਗਈ। ਗੁਰਦੁਆਰਾ ਤੁਸੀਂ ਜੋੜਾ ਗੋਇੰਦਵਾਲ ਵਿਖੇ ਸਾਹਿਬ ਵੇਖਦੇ ਹੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਸਰੋਵਰ, ਉਹਦੀ ਇਮਾਰਤ ਜਿਹੜੀ ਹੈ ਉਹ ਢਾਬ ਸੀਗੀ, ਉਹਨੂੰ ਵੱਡਾ ਉਸਾਰ ਕੇ ਹੋਰ ਵਧੀਆ ਸਰੋਵਰ ਬਣਾਇਆ ਗਿਆ। ਗੁਰੂ ਅਰਜਨ ਸਾਹਿਬ ਨੇ ਉਸੇ ਸਰੋਵਰ 'ਚ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ, ਤਰਨ ਤਾਰਨ ਸਰੋਵਰ ਬਣਾਇਆ। ਮਤਲਬ ਇਹ ਸਭ ਸਾਨੂੰ ਮਿਲ ਜਾਂਦਾ ਇਸ ਰੂਪ ਦੇ ਵਿੱਚ। ਕਈ ਵਾਰ ਲੋਕ ਕਹਿੰਦੇ ਨੇ ਤੁਸੀਂ ਇਹਦੇ ਬਾਰੇ ਕੁਝ ਇਸ ਤਰੀਕੇ ਨਾਲ ਬਾਤ ਕਹੋ। ਦੇਖੋ, ਸਿੱਖੀ ਪਰਸਪੈਕਟਿਵ ਨੂੰ ਸਹੀ ਰੂਪ ਵਿੱਚ ਸਮਝੋ। ਗੁਰੂ ਸਾਹਿਬ ਕਿੱਥੋਂ ਕੱਢ ਕੇ ਲਿਆਏ ਉਸ ਸਮਾਜ ਨੂੰ ਜਿਹੜਾ ਛੂਆ ਛੂਤ ਦੇ ਵਿੱਚ, ਜਾਤ ਪਾਤ ਦੀ ਭਿੱਟ ਵਿੱਚ, ਐਸੇ ਹਾਲਾਤ 'ਚ ਫਸਿਆ ਪਿਆ?
ਗੁਰੂ ਨਾਨਕ ਸਾਹਿਬ ਦੇ ਦੌਰ ਸਮੇਂ ਦੇ ਵਿੱਚ ਲੋਕੀ ਸੱਚ ਦਾ ਉਪਦੇਸ਼ ਥੋੜ੍ਹਾ ਬਹੁਤਾ ਸੁਣਦੇ ਪਰ ਜੀਵਨ ਦੀ ਐਕਸਰਸਾਈਜ਼ ਨਾ ਬਦਲਦੇ, ਮਤਲਬ ਉੱਥੇ ਬੈਠ ਕੇ, ਹਾਲਾਂਕਿ ਬਾਬਾ ਜੀ ਨੇ ਬਾਣੀ 'ਚ ਜੋ ਬਚਨ ਕਹੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ ਨਾਨਕ, ਤਿਨਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਬਾਣੀ 'ਚ ਗੁਰੂ ਬਾਬਾ ਜੀ ਨੇ ਕਿਹਾ ਮੇਰੀ ਜ਼ਾਤ ਬ੍ਰਾਹਮਣੀ ਨਿਜ਼ਾਮ ਦੇ ਮੁਤਾਬਕ ਤੇ ਬੇਦੀ ਬਣਦੀ ਹੈ, ਪਰ ਮੈਂ ਤੁਹਾਨੂੰ ਆਪਣੀ ਜ਼ਾਤ ਆਪ ਦੱਸਦਾ, ਫੱਕਰ ਜਾਤੀ ਫੱਕਰ ਨਾਉ, ਸਭਨਾ ਜੀਆ ਏਕਾ ਛਾਉ, ਮੇਰੀ ਜ਼ਾਤ ਫਕੀਰ ਹੈ, ਮੈਂ ਆਪਣੇ ਆਪ ਨੂੰ ਕਰਤਾਰ ਦਾ ਭਗਤ ਮੰਨਣਾ। ਬਾਣੀ ਨੇ ਕਿਹਾ ਜਿਹੜਾ ਜ਼ਾਤ ਪਾਤ ਦਾ ਨਿਜ਼ਾਮ ਬ੍ਰਾਹਮਣ ਨੇ ਬਣਾਇਆ ਅਸੀਂ ਉਹ ਨਹੀਂ ਮੰਨਦੇ, ਜਨਮ ਜਾਤ ਆਧਾਰ ਨਹੀਂ ਕਰਦੀ, ਅਸਲ 'ਚ ਕਰਮ ਜਾਤ ਆਧਾਰ ਕਰਦਾ, ਬੰਦੇ ਦੇ ਕਰਮ ਦੇ ਆਧਾਰ 'ਤੇ ਪਤਾ ਲੱਗਾ ਬੰਦਾ ਕੀ ਹੈ, ਸਵਰਨ ਆ ਕਿ ਅਛੂਤ ਆ, ਇਹਦੇ ਨਾਲ ਨਫ਼ਰਤ ਕਰਨੀ ਚਾਹੀਦੀ ਕਿ ਪਿਆਰ ਕਰਨਾ ਚਾਹੀਦਾ, ਕਰਮ ਦੇਖੋ ਉਹਦੇ। ਇਸ ਕਰਕੇ ਵਾਕ ਲਿਖਿਆ ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ, ਜੈਸੇ ਕਰਮ ਕਮਾਓਗੇ ਤੈਸਾ ਤੁਹਾਡਾ ਜਿਹੜਾ ਹੈ ਆਵਰਣ ਪਹਿਚਾਨ ਹੋਏਗੀ। ਪਰ ਹੋਇਆ ਕਿ ਲੋਕ ਆਉਂਦੇ ਬਾਣੀ ਦਾ ਸੰਦੇਸ਼ ਸੁਣਦੇ, ਬਾਣੀ ਦਾ ਕੀਰਤਨ ਸੁਣਦੇ, ਪਰ ਜਿਹੜੀ ਸੋਸ਼ਲ ਐਕਸਰਸਾਈਜ਼ ਪ੍ਰੈਕਟਿਸ ਸੀਗੀਆਂ ਉਹ ਉਸੇ ਤਰ੍ਹਾਂ ਚੱਲਦੀਆਂ ਰਹੀਆਂ। ਖੈਰ ਵਕਤ ਆਪਣੀ ਜਾਚੇ ਤਬਦੀਲ ਹੁੰਦਾ ਗਿਆ, ਗੁਰੂ ਸਾਹਿਬ ਨੇ ਇੱਕ ਐਡਾ ਵੱਡਾ ਮੁਹਾਜ ਵਿੱਢਣਾ ਸੀਗਾ, ਖਾਲਿਸ ਮਨੁੱਖ ਸਿਰਜਣਾ ਸੀਗਾ, ਉਸ ਸਮਾਜ ਨੂੰ ਤਬਦੀਲ ਕਰਨਾ ਸੀਗਾ। ਗੁਰੂ ਨਾਨਕ ਸਾਹਿਬ ਦਾ ਪਹਿਲਾ ਜਾਮਾ ਲੰਘਿਆ, ਗੁਰੂ ਅੰਗਦ ਸਾਹਿਬ ਨੇ ਲੋਕਾਂ ਨੂੰ ਐਜੂਕੇਟ ਕਰਨਾ ਸੀਗਾ, ਕਿਉਂਕਿ ਸ਼ਬਦ ਵਿਚਾਰ ਦੀ ਗੱਲ ਇਹਦੇ 'ਚ ਆਏਗੀ ਅਤੇ ਵਿਚਾਰ ਅਤੇ ਲੋਕਾਂ ਦੀ ਬੋਲੀ 'ਚ ਸਮਝਾਓਗੇ ਤਾਂ ਹੀ ਪਤਾ ਲੱਗੇਗਾ। ਇਸ ਲਈ ਜ਼ਬਾਨ ਨੂੰ ਨਵੇਂ ਸਿਰੇ ਤੋਂ ਘੜਨ ਵਾਸਤੇ ਪੰਜਾਬੀ ਜ਼ਬਾਨ 'ਤੇ ਕੰਮ ਕੀਤਾ, ਬੋਲੀ ਗੁਰਮੁਖੀ ਅੱਖਰ ਘੜੇ, ਸਭ ਚੀਜ਼ਾਂ ਕੀਤੀਆਂ, ਇਹਨਾਂ ਦਾ ਪ੍ਰਚਾਰ ਪ੍ਰਸਾਰ 'ਤੇ ਜ਼ੋਰ ਲਾਇਆ। ਗੁਰੂ ਅਮਰਦਾਸ ਜੀ ਦੇ ਸਮੇਂ ਦੇ ਵਿੱਚ ਕਮਿਊਨਿਟੀ ਇੱਕ ਇੰਸਟੀਟਿਊਸ਼ਨ ਦੇ ਤੌਰ 'ਤੇ ਬਿਲਡ ਹੋਣੀ ਸ਼ੁਰੂ ਹੋ ਗਈ, ਗੋਇੰਦਵਾਲ ਨਗਰ ਵਸਾਇਆ। ਉੱਥੇ ਗੁਰੂ ਬਾਬਾ ਜੀ ਨੇ ਦੇਖਿਆ ਇਹ ਅਧਿਆਤਮਿਕ ਸੰਦੇਸ਼ ਪੜ੍ਹਦੇ ਨੇ ਸੁਣਦੇ ਨੇ ਪਰ ਪ੍ਰੈਕਟਿਸ ਫਿਰ ਉਸੇ ਤਰ੍ਹਾਂ ਕਰੀ ਜਾਂਦੇ। ਬਾਬਾ ਜੀ ਨੇ ਇਹ ਪੱਕਾ ਇੰਤਜ਼ਾਮ ਕਰ ਦਿੱਤਾ ਕਿ ਛੂਆ ਛੂਤ, ਇੱਕ ਦੂਜੇ ਤੋਂ ਜਿਹੜੀ ਜ਼ਾਤ ਅਭਿਮਾਨਤਾ ਦਾ ਇਹ ਰੰਗ ਆ ਜਾਂ ਨਫ਼ਰਤ ਦਾ ਰੰਗ ਆ ਇਹ ਉਤਾਰ ਦੇਣਾ। ਆਦੇਸ਼ ਇਹ ਦੇ ਦਿੱਤਾ ਗਿਆ ਪਹਿਲਾਂ ਪੰਗਤ ਫਿਰ ਸੰਗਤ, ਪਹਿਲਾਂ ਪੰਗਤ 'ਚ ਬੈਠ ਕੇ ਇਕੱਠੇ ਲੰਗਰ ਛਕੋ ਫਿਰ ਸੰਗਤ ਹੋਏਗੀ। ਇਹਦੇ ਨਾਲ ਜਿਹੜਾ ਉਹ ਖਾਸ ਕਰਕੇ ਜਾਤ ਅਭਿਮਾਨ ਸੀਗਾ ਕਿ ਕਿਸੇ ਦਾ ਪਰਛਾਵਾਂ ਪੈਣ ਨਾਲ ਚੀਜ਼ ਭਿੱਟ ਜਾਏਗੀ ਅਤੇ ਨਹੀਂ ਨਹੀਂ ਮੈਂ ਕੋਲ ਨਹੀਂ ਬੈਠ ਸਕਦਾ, ਇਹ ਸਭ ਚੀਜ਼ਾਂ ਖਤਮ ਹੋ ਜਾਣਗੀਆਂ, ਪਰ ਫਿਰ ਵੀ ਦੇਖਿਆ ਗਿਆ ਇਕੱਠਾ ਲੰਗਰ ਵੀ ਛੱਕ ਰਹੇ ਨੇ ਪਰ ਅਜੇ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਪਿਆ ਕਿ ਨਹੀਂ ਨਹੀਂ ਮੈਂ ਇਹਦੇ ਤੋਂ ਉੱਚਾ ਆਇਆਂ ਅਤੇ ਇਹ ਮੇਰੇ ਤੋਂ ਨੀਵਾਂ ਆ। ਗੁਰੂ ਬਾਬਾ ਜੀ ਨੇ ਫਿਰ ਕੀ ਕੀਤਾ, ਗੁਰੂ ਬਾਬਾ ਜੀ ਨੇ ਬੌਲੀ ਖੁਦਵਾ ਦਿੱਤੀ, ਇੱਕੋ ਪਾਣੀ ਦਾ, ਤੁਸੀਂ ਦੇਖੋ ਨਾ ਬਹੁਤਾ ਵੱਡਾ ਤਾਂ ਹੈ ਨਹੀਂ ਚਬੱਚਾ, ਉਹਦੇ ਵਿੱਚ ਹੀ ਖੜਾ ਕਰਤਾ ਕੀ ਬ੍ਰਾਹਮਣ ਕੀ ਖੱਤਰੀ ਕੀ ਵੈਸ਼ ਕੀ ਸ਼ੂਦਰ, ਜਾਤ ਅਭਿਮਾਨ ਕੱਢ ਕੇ ਰੱਖਦਾ ਬਿਲਕੁਲ, ਕਿਹਾ ਬਿਲਕੁਲ ਨਹੀਂ। ਇੱਥੇ ਜਾ ਕੇ ਛੂਆ ਛੂਤ ਵਾਲਾ ਮਸਲਾ ਉਹਨੂੰ ਬਿਲਕੁਲ ਗੁਰੂ ਸਾਹਿਬ ਨੇ ਜੜੋਂ ਪੱਟ ਦਿੱਤਾ। ਫਿਰ ਦੂਸਰੇ ਪੜਾਅ ਦੇ ਵਿੱਚ ਜਦੋਂ ਗੁਰੂ ਰਾਮਦਾਸ ਸਾਹਿਬ ਸਰੋਵਰ ਦੀ ਤਾਲਮੇਰੀਅਤ ਕਰਦੇ, ਬਿਲਕੁਲ ਇਹ ਵੱਡੇ ਲੈਵਲ 'ਤੇ ਬਾਤ ਸਮਝਾਈ ਗਈ। ਫਿਰ ਅਗਲੇ ਪੜਾਅ ਵਿੱਚ ਇਹ ਵੀ ਹੈ ਜਿਹੜੀ ਐਕਸਰਸਾਈਜ਼ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਲੋਕ ਕਰਦੇ ਸੀਗੇ, ਇੱਕ ਦਿਨ ਦੇ ਵਿੱਚ ਇੱਕ ਰਾਤ ਇਹ 'ਤੇ ਛੱਡਣ ਤੋਂ ਨਹੀਂ ਜਾਣਗੇ। ਫਿਰ ਦਰਬਾਰ ਸਾਹਿਬ ਅਸੀਂ ਸਰੋਵਰ 'ਚ ਅੱਜ ਵੀ ਇਸ਼ਨਾਨ ਕਰਨ ਲਈ ਜਾਂਦੇ ਹਾਂ। ਦੇਖੋ ਇੱਕ ਵਿਰਾਸਤ ਹੈ ਸਾਡੀ, ਇੱਕ ਹੈਰੀਟੇਜ ਹੈ, ਉਸ ਹੈਰੀਟੇਜ ਨਾਲ ਸਾਡੀ ਇੱਕ ਸਾਂਝ ਆ। ਦਰਬਾਰ ਸਾਹਿਬ ਦੀ ਪੂਰੀ ਇਮਾਰਤ ਸਾਜੀ ਨੂੰ ਸਾਰੇ ਰੰਗ ਨੂੰ ਬੜੇ ਧਿਆਨ ਨਾਲ ਦੇਖੋ। ਭਾਰਤੀ ਖਿੱਤੇ ਦੇ ਵਿੱਚ ਮੰਦਰਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਆ, ਪਤਾ ਨਹੀਂ ਕਿਤਨੇ ਕਰੋੜਾਂ ਕਰੋੜਾਂ ਮੰਦਰ ਬਣੇ ਹੋਣਗੇ ਉੱਥੇ। ਇਸ ਦਰਬਾਰ ਸਾਹਿਬ ਨੂੰ ਅਸੀਂ ਸਤਿਕਾਰ ਦੇ ਵਜੋਂ ਹਰਿਮੰਦਰ ਕਹਿੰਦੇ ਹਾਂ ਵੀ ਹਰਿਮੰਦਰ ਹੈ। ਇਹ ਦੁਨੀਆਂ ਦਾ ਪਹਿਲਾ ਐਸਾ ਸਥਾਨ, ਐਸਾ ਮੰਦਰ ਹੈ ਜਿਹਦੇ ਵਿੱਚ ਤੁਸੀਂ ਦੁਨੀਆਂ ਦੇ ਹਰ ਮੰਦਰ 'ਚ ਪੌੜੀਆਂ ਚੜ੍ਹ ਕੇ ਜਾਓਗੇ, ਇਹਦੇ 'ਚ ਪੌੜੀਆਂ ਉੱਤਰ ਕੇ ਜਾਓਗੇ ਥੱਲੇ। ਇਹ ਪ੍ਰਤੀਕ ਇਸ ਗੱਲ ਦਾ ਆ, ਜੇ ਹਰੀ ਨੂੰ ਲੱਭਣਾ ਆ ਤੈਨੂੰ ਪੌੜੀਆਂ ਉੱਤਰਨੀਆਂ ਪੈਣਗੀਆਂ, ਭਾਵੇ ਹਲੀਮੀ ਨਿਮਰਤਾ ਇਹ ਜਿਹੜੀ ਚੀਜ਼ ਆ। ਫਿਰ ਉੱਥੇ ਜਾ ਕੇ ਜਦੋਂ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਤੁਸੀਂ ਜਾ ਕੇ ਚੁੱਭਾ ਲਾਉਂਦੇ ਹੋ, ਉੱਥੇ ਬਿਲਕੁਲ ਵਿਚਕਾਰ ਉਹਦੇ ਕੌਲ ਦੀ ਤਰ੍ਹਾਂ ਖਿੜਿਆ ਹੋਇਆ ਸਥਾਨ ਆ ਜਿੱਥੇ ਗੁੰਬਦਾਂ 'ਚੋਂ ਹਰ ਵਕਤ ਹਰੀ ਦਾ ਕੀਰਤਨ ਹੋ ਰਿਹਾ, ਅਕਾਲ ਪੁਰਖ ਵਾਹਿਗੁਰੂ ਦੀ ਸਤੁਤੀ ਹੋ ਰਹੀ ਹੈ ਕੀਰਤਨ ਦੇ ਜ਼ਰੀਏ, ਅਤੇ ਉੱਥੇ ਗੁੰਬਦਾਂ 'ਚੋਂ ਆਵਾਜ਼ ਆ ਰਹੀ ਹੈ ਉਹ ਬੰਦੇ ਜਿਵੇਂ ਬਾਹਰ ਤਨ ਕਰਕੇ ਪਾਣੀ ਦੇ ਵਿੱਚ ਆਪਣੇ ਆਪ ਨੂੰ ਚੁੱਭਾ ਲਵਾਇਆ ਹੀ ਨਾ, ਹੁਣ ਇੱਥੋਂ ਵਾਪਸ ਨਾ ਪਰਤ ਜਾਈ ਨਾ, ਇਹਦੇ ਨਾਲ ਇਸ਼ਨਾਨ ਪੂਰਾ ਨਹੀਂ ਹੋਣਾ, ਹੁਣ ਬਿਲਕੁਲ ਪ੍ਰਕਰਮਾ ਕਰਕੇ ਇਹਦੇ ਵਿੱਚ ਆ ਜਾ, ਜਿਵੇਂ ਬਾਹਰ ਤਨ ਕਰਕੇ ਪਾਣੀ ਨੂੰ ਚੁੱਭਾ ਲਵਾਇਆ ਹੀ, ਬਿਲਕੁਲ ਉਸੇ ਤਰ੍ਹਾਂ ਮਨ ਕਰਕੇ ਬਾਣੀ ਨਾਲ ਚੁੱਭਾ ਲਵਾ ਆਪਣੇ ਮਨ ਨੂੰ, ਆਉਣ ਤਾਂ ਕਲਿਆਣ ਹੋਏਗਾ। ਇਹ ਕੰਬੀਨੇਸ਼ਨ ਕੀਤਾ ਗੁਰੂ ਬਾਬਾ ਜੀ ਨੇ, ਇਸ ਕੰਬਾਈਨ ਵੇ ਦੇ ਨਾਲ ਗੁਰੂ ਬਾਬਾ ਜੀ ਨੇ ਇੱਕ ਅਧਿਆਤਮਿਕ ਸੰਦੇਸ਼ ਉਸ ਖਿੱਤੇ ਦੇ ਲੋਕਾਂ ਨੂੰ ਦਿੱਤਾ ਅਤੇ ਅੱਜ ਵੀ ਉਸੇ ਰੂਪ ਵਿੱਚ ਮਿਲ ਰਿਹਾ ਹੈ।
ਜਿਹੜਾ ਮਹਾਰਾਜ ਨੇ ਆਹ ਬਚਨ ਲਿਖਿਆ, ਮੈਂ ਤੀਰਥ ਨਾਵਣ ਜਾਊਂ। ਤੀਰਥ ਨਾਮ ਹੈ, ਤੀਰਥ ਦਾ ਮਤਲਬ ਹੈ ਜਿੱਥੇ ਨਾਮ ਦੀ ਸੌਗਾਤ, ਨਾਮ ਦੀ ਸਿੱਖਿਆ ਮਿਲੇ ਸਾਨੂੰ, ਜੀਵਨ ਸੁਧਾਰ ਵਾਸਤੇ ਉਪਦੇਸ਼ ਮਿਲੇ। ਉਹਨੂੰ ਹੋਰ ਮਹਾਰਾਜ ਨੇ ਫਰਦਰ ਐਕਸਪਲੇਨ ਕੀਤਾ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਉਹ ਹੈ ਜਿਹੜਾ ਸ਼ਬਦ ਦੇ ਵਿਚਾਰ ਦੇ ਜ਼ਰੀਏ ਸਾਡੇ ਅੰਦਰ ਇੱਕ ਥਾਟ ਪ੍ਰੋਸੈਸ ਦੇ ਜ਼ਰੀਏ ਆਵੇ, ਅੰਤਰ ਗਿਆਨ ਹੈ। ਇਹਨੂੰ ਗੁਰੂ ਬਾਬਾ ਜੀ ਨੇ ਸਾਡੀ ਜਿਹੜੀ ਮੰਜ਼ਲੇ ਮਕਸੂਦ ਹੈ ਨਾ, ਸਾਡਾ ਐਂਡ ਗੋਲ ਆ ਗੁਰਬਾਣੀ ਦੀ ਸਾਰੀ ਐਕਸਰਸਾਈਜ਼ ਦੇ ਵਿੱਚ, ਉਹ ਇਹ ਹੈ ਮਹਾਰਾਜ ਜ਼ਿਕਰ ਕਰਦੇ, ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੈ ਨਿਵਾਸ। ਅਸੀਂ ਬਾਹਰ ਸਾਰੀ ਉਮਰ ਤੀਰਥ ਲੱਭਦਿਆਂ ਨਹੀਂ ਗੁਜ਼ਾਰਨੀ, ਅਸੀਂ ਆਪਣੇ ਅੰਦਰ ਨੂੰ ਵੀ ਤੀਰਥ ਬਣਾਉਣਾ ਹੈ। ਇਤਨਾ ਪਾਕ, ਇਤਨਾ ਪਵਿੱਤਰ, ਇਤਨਾ ਸੁੱਚਾ ਕਿ ਕਦੇ ਵੀ ਕੋਈ ਵਿਜ਼ਿਟ ਕਰੇ ਸਾਡੇ ਅੰਦਰ ਨੂੰ। ਕਈ ਵਾਰ ਹੁੰਦਾ ਬੰਦਾ ਬਾਹਰੋਂ ਬੜਾ ਚੰਗਾ ਲੱਗਦਾ, ਬੜੇ ਵਧੀਆ ਕੱਪੜੇ ਪਾਏ ਨੇ, ਥੋੜ੍ਹੀ ਬਹੁਤੀ ਗੱਲਬਾਤ ਵੀ ਚੰਗੀ ਕਰਦਾ, ਜਦੋਂ ਕਿਤੇ ਉਹਨੂੰ ਤੁਸੀਂ ਅੰਦਰੋਂ ਉਹਨੂੰ ਪੂਰੀ ਤਰ੍ਹਾਂ ਕੁਰੇਦਦੇ ਹੋ, ਉਹਦੇ ਗਹਿਰੇ ਤਲ ਦੇ 'ਚ ਉਹਦੀਆਂ ਗੱਲਾਂ ਬਾਤਾਂ ਸੁਣਦੇ ਹੋ, ਪਤਾ ਲੱਗਦਾ ਹੈ ਤੇ ਕੂੜ ਹੈ, ਇਹਦੀ ਤੇ ਬਿਰਤੀ ਬੜੀ ਮਾੜੀ ਹੈ। ਫਿਰ ਬੰਦਾ ਸੋਚਦਾ ਇਹ ਕੀ ਹੈ, ਨਾ ਕੋਈ ਸਾਨੂੰ ਅੰਦਰੋਂ ਵਿਜ਼ਿਟ ਕਰੇ। ਤੇ ਮੈਂ ਬੇਨਤੀ ਕਰਾਂ, ਸਾਨੂੰ ਸਭ ਤੋਂ ਵੱਧ ਅੰਦਰੋਂ ਵਿਜ਼ਿਟ ਪਤਾ ਕੌਣ ਕਰਦੇ ਨੇ? ਸਾਡੇ ਬਹੁਤ ਨੇੜਲੇ ਘਰ ਦੇ ਮੈਂਬਰ। ਕਈ ਵਾਰ ਹੁੰਦਾ ਬਾਹਰੋਂ ਜਿਹੜੇ ਲੋਕ ਨੇ ਸਾਨੂੰ ਥੋੜ੍ਹਾ ਬਹੁਤਾ ਪਿਆਰ ਸਤਿਕਾਰ ਕਰਦੇ, ਘਰਦਿਆਂ ਨਾਲ ਗੱਲ ਕੀਤੀ ਜਾਂਦੀ, ਉਹ ਕਹਿੰਦੇ ਛੱਡ ਪਰਾਂ ਉਹਦੀ ਗੱਲ ਨਾ ਕਰੋ, ਕੂੜ ਆ ਬਿਲਕੁਲ। ਕਿਉਂ? ਕਿਉਂਕਿ ਉਹ ਅੰਦਰੋਂ ਬਾਹਰੋਂ ਜਾਣਦੇ ਸਾਨੂੰ ਚੰਗੀ ਤਰ੍ਹਾਂ। ਇਹ ਐਕਚੁਅਲ ਲੈਵਲ 'ਤੇ ਇੱਥੋਂ ਪਤਾ ਲੱਗਦਾ ਹੈ। ਇੱਕ ਰੰਗ ਹੋਰ ਮੈਂ ਛੋਟਾ ਜਿਹਾ ਬਿਆਨ ਕਰ ਦੇਣਾ ਇਹਦੇ ਨਾਲ। ਦੇਖੋ, ਕਿਤਾਬਾਂ ਦੀ ਗੱਲ, ਅਲਫਾਜ਼ਾਂ ਅਤੇ ਲਫਜ਼ਾਂ ਦੀ ਗੱਲ, ਇਹ ਮਿਡਲ ਈਸਟ 'ਚ ਕਾਫੀ ਲੰਬੇ ਸਮੇਂ ਤੋਂ ਹੋਈ। ਜਿਵੇਂ ਇਸਲਾਮ ਦਾ ਤਸੱਵੁਰ ਹੈ, ਉਹ ਮੂਰਤੀ ਪੂਜਾ ਨਹੀਂ ਕਰਦੇ, ਉਹਨਾਂ ਨੇ ਖੁਦਾ ਦੀ ਕਿਤਾਬ ਕੁਰਾਨ ਮਜ਼ੀਦ ਦੀ, ਉਹਦੀ ਕਲਾਵਤ ਕੀਤੀ ਉਸ ਤਰੀਕੇ ਨਾਲ ਸਾਰੇ ਦੀ ਸਾਰੇ। ਪਰ ਜਿਹੜੀ ਕਿਤਾਬ ਆ ਉਹ ਖੜੀ ਹੈ ਇੰਟਰਪ੍ਰਿਟੇਸ਼ਨ 'ਤੇ, ਜੋ ਕਿ ਉਹ ਜਿਹੜੀ ਕਲਾਸੀਕਲ ਅਰੇਬਿਕ ਲੈਂਗੁਏਜ ਦੇ 'ਚ ਲਿਖੀ ਹੈ। ਅਤੇ ਇੱਕੋ ਆਇਤ ਦੇ ਇੱਕ ਬੰਦਾ ਅਰਥ ਹੋਰ ਕਰਦਾ, ਦੂਜਾ ਹੋਰ ਕਰਦਾ, ਤੀਜਾ ਹੋਰ ਕਰਦਾ, ਅਸਲ 'ਚ ਕੀ ਹੈ? ਇਹਦੇ ਬਾਬਤ ਇੱਕ ਲੰਬਾ ਸਮਾਂ ਗੁਜਰਨ ਤੋਂ ਬਾਅਦ ਉਹਨਾਂ 'ਚ ਬੜੀ ਵੱਡੀ ਮੁਸ਼ਕਲ ਬਣ ਗਈ। ਮੌਲਾਨਾ ਰੂਮੀ ਉਹਨਾਂ ਦਾ ਬਹੁਤ ਵੱਡਾ ਸਕਾਲਰ ਹੋਇਆ, ਬਹੁਤ ਅੱਜ ਵੀ ਲੋਕ ਕਮਲਿਆਂ ਵਾਂਗੂ ਪੜ੍ਹਦੇ ਨੇ ਉਹਨੂੰ। ਉਹਨੂੰ ਕਿਸੇ ਨੇ ਪੁੱਛਿਆ, ਰੂਮੀ ਕੁਰਾਨ ਦੀ ਆਇਤ ਦੇ ਕਿਹੜੇ ਅਰਥ ਠੀਕ ਨੇ, ਕਿੱਥੋਂ ਪਤਾ ਲੱਗੇਗਾ? ਉਹ ਕਹਿੰਦਾ, ਗੱਲ ਇਹ ਹੈ ਜਿਹੜੇ ਲੋਕ ਇਸ ਚੀਜ਼ ਨੂੰ ਅਰਥਾ ਰਹੇ ਨੇ, ਬਿਆਨ ਕਰ ਰਹੇ ਨੇ, ਉਸ ਸਕਾਲਰ, ਉਸ ਬੰਦੇ, ਕਿਉਂਕਿ ਉਹਨੇ ਸ਼ੈਡੋਇੰਗ ਦਾ ਬੜਾ ਉਹਨਾਂ 'ਚ ਵਰਤਾਓ ਹੈ ਇਸ ਤਰੀਕੇ ਦੇ ਨਾਲ, ਉਹਦੇ ਕੋਲ 6 ਮਹੀਨੇ ਰਹਿ ਕੇ ਵੇਖੋ, ਜੇ ਤਾਂ ਜੋ ਬੋਲ ਰਿਹਾ, ਜੋ ਦੱਸ ਰਿਹਾ, ਉਹ ਸਾਰਾ ਕੁਝ ਉਹਦੇ ਜੀਵਨ ਵਿੱਚੋਂ ਰਿਫਲੈਕਟ ਹੋ ਰਿਹਾ, ਅਰਥ ਠੀਕ ਨੇ। ਐਕਚੁਅਲ ਲੈਵਲ 'ਤੇ ਜੇ ਬੰਦਾ ਇਹਨੂੰ ਜੀ ਲਵੇ, ਅਪਣਾ ਲਵੇ, ਫਿਰ ਅੰਦਰਲਾ ਤੀਰਥ ਬਣ ਜਾਂਦਾ ਹੈ। ਅਤੇ ਉਹਦੇ ਨਾਲ ਫਿਰ ਆਵਾਜ਼ਾਂ ਆਉਂਦੀਆਂ ਨੇ ਚਾਰ 'ਚ, ਫਿਰ ਪਤਾ ਲੱਗਦਾ ਹਾਂ ਵਾਕਿਆ 'ਚ ਇਹਦੇ 'ਚ ਕੁਝ ਭਲੀ ਬਾਤ ਹੈ। ਗੁਰੂ ਬਾਬਾ ਜੀ ਕਹਿੰਦੇ ਐਂਡ ਗੋਲ ਸਾਡਾ ਇਹੀ ਹੈ, ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ। ਜਿਹਨੂੰ ਭਗਤ ਕਬੀਰ ਜੀ ਨੇ ਕਿਹਾ ਸੀ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਮਨ ਇਤਨਾ ਕੁ ਨਿਰਮਲ ਹੋ ਗਿਆ, ਲੋਕੀ ਗੰਗਾ ਦੇ ਨੀਰ ਨੂੰ ਕਹਿੰਦੇ ਇਹ ਨਿਰਮਲ ਆ, ਇੱਥੇ ਨਹਾਤਿਆਂ ਪਾਪ ਲੈ ਜਾਂਦੇ। ਬਾਬਾ ਕਬੀਰ ਕਹਿੰਦੇ ਲੋੜ ਹੀ ਨਹੀਂ, ਅੰਦਰ ਹੀ ਆਹ ਹੈ ਅਸਲ 'ਚ ਪਵਿੱਤਰਤਾ ਆ ਗਈ, ਇਹ ਸ਼ੁੱਧਤਾ। ਇੱਥੇ ਗੁਰੂ ਮਹਾਰਾਜ ਨੇ ਜ਼ਿਕਰ ਕੀਤਾ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ। ਗੁਰੂ ਦਾ ਗਿਆਨ ਜਿਹੜਾ ਸੱਚ ਤੱਕ ਤੁਹਾਨੂੰ ਲੈ ਜਾਏ, ਇਹ ਅਸਲ ਥਾਂ ਆ, ਅਸਲ ਜਗ੍ਹਾ ਆ ਜਿੱਥੇ ਤੱਕ ਅਸੀਂ ਪਹੁੰਚਣਾ ਹੈਗਾ। ਇਹਦੇ ਨਾਲ ਕਿਹਾ ਦਸ ਪੁਰਬ ਸਦਾ ਦਸਾਹਰਾ। ਅਜੇ ਤੱਕ ਵੀ ਮੇਰੀ ਜਿਹੜੀ ਯੂਨੀਵਰਸਿਟੀ ਐਜੂਕੇਸ਼ਨ ਹੈਗੀ ਹੈ, ਗ੍ਰੈਜੂਏਸ਼ਨ ਐਂਡ ਪੋਸਟ ਗ੍ਰੈਜੂਏਸ਼ਨ, ਉਹ ਭਾਰਤ ਦੇ ਇੱਕ ਐਸੇ ਸ਼ਹਿਰ 'ਚ ਹੋਈ ਜਿੱਥੇ ਬੜੇ ਵੱਡੇ ਉਹਨਾਂ ਦੇ ਤੀਰਥ ਬਣੇ ਨੇ, ਕਾਫੀ 10-12 ਤੀਰਥ ਸਥਾਨ ਨੇ ਉਹਨਾਂ ਦੇ। ਅਤੇ ਸਾਡੀ ਹਾਲਤ ਇਹ ਹੁੰਦੀ ਸੀ ਵੀ ਕਿਤੇ ਸੋਮਵਾਰ ਨੂੰ ਮੱਸਿਆ ਆ ਗਈ, ਬਸ ਅਸੀਂ ਨਾ ਗਏ ਨਹੀਂ ਉਸ ਦਿਨ ਆਪਣੇ ਕਾਲਜ, ਨਾ ਉਸ ਦਿਨ ਭੁੱਲ ਜਾਈ ਕਿ ਸਾਡੀਆਂ ਕਲਾਸਿਸ ਲੱਗਣਗੀਆਂ। ਮਤਲਬ ਇਤਨਾ ਉਮੜਾਹ, ਦੁਨੀਆ ਭਰ ਦੇ ਲੱਖਾਂ ਦੀ ਤਾਦਾਦ ਵਿੱਚ ਲੋਕ, ਪੈਰ ਧਰਨ ਨੂੰ ਜਗ੍ਹਾ ਨਹੀਂ ਕਿਤੇ। ਕਿਉਂ? ਅੱਜ ਕੀ ਹੋਇਆ? ਅੱਜ ਭਾਈ ਸੋਮਵਾਰ ਦੀ ਮੱਸਿਆ ਆ ਗਈ, ਅੱਜ ਭਾਈ ਚੰਦਰ ਗ੍ਰਹਿਣ ਆ ਗਿਆ, ਅੱਜ ਸੂਰਜ ਗ੍ਰਹਿਣ ਆ ਗਿਆ। ਇਸ ਕਿਸਮ ਦੇ ਨਾਲ ਇੱਕ ਖਾਸ ਦਿਨ ਮੰਨਦੇ ਨੇ ਜਿਹਨੂੰ ਦੁਸਹਿਰਾ ਕਿਹਾ ਜਾਂਦਾ। ਇੱਕ ਦੁਸਹਿਰਾ, ਇਹ ਦੁਸਹਿਰਾ ਹੈ। ਦੁਸਹਿਰਾ ਜਿੱਦਣ ਇੱਕੋ ਦਿਨ ਕਹਿੰਦੇ 10 ਪਾਪਾਂ ਦਾ ਨਾਸ ਹੋ ਜਾਂਦਾ ਹੈਗਾ। ਇਹ ਜੇਠ ਸੁਦੀ ਦਸਵੀਂ ਨੂੰ ਕਿਹਾ ਜਾਂਦਾ, ਜਿੱਦਣ ਕਹਿੰਦੇ ਗੰਗਾ ਦਾ ਜਨਮ ਹੋਇਆ ਸੀਗਾ। ਇਸ ਰੂਪ ਵਿੱਚ ਮਿਥਿਹਾਸਕ ਉਹਨਾਂ ਨੇ ਇੱਕ ਕਿਸਮ ਦੀਆਂ ਬਾਤਾਂ ਸਾਰੀਆਂ ਮਾਨਤਾਵਾਂ ਬਣਾਈਆਂ ਨੇ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਨੂੰ ਦੁਸਹਿਰਾ ਉਡੀਕਣ ਦੀ ਲੋੜ ਨਹੀਂ,
ਤੁਹਾਨੂੰ ਜੇਠ ਸੁਦੀ ਦਸਵੀਂ ਦੀ ਉਡੀਕਣ ਦੀ ਲੋੜ ਨਹੀਂ, ਤੁਹਾਨੂੰ ਦਸ ਪੁਰਬ ਉਡੀਕਣ ਦੀ ਲੋੜ ਨਹੀਂ, ਤੁਹਾਡੇ ਵਾਸਤੇ ਸਦਾ ਹੀ ਦੁਸਹਿਰਾ ਹੈ, ਸਦਾ ਹੀ ਦਸ ਪੁਰਬ ਨੇ, ਭਾਵ ਹਰ ਵਕਤ ਤੁਸੀਂ ਹਰ ਇੱਕ ਤਰ੍ਹਾਂ ਦੇ ਪਾਪ ਤੋਂ ਮੁਕਤ ਹੋ ਸਕਦੇ ਹੋ ਜੇ ਤੁਸੀਂ ਗੁਰਮਤਿ ਆਸ਼ੇ ਦੀ ਇਸ ਵਿਚਾਰਧਾਰਾ ਦੇ ਜ਼ਰੀਏ ਆਪਣੀ ਜਿਹੜੀ ਮਨ ਦੀ ਐਸੋਸੀਏਸ਼ਨ ਹੈ ਸ਼ਬਦ ਨਾਲ ਬਣਾ ਲੈਂਦੇ ਹੋ। ਜੇ ਤੁਸੀਂ ਸ਼ਬਦ ਵਿੱਚ ਜਾ ਕੇ ਇਸ਼ਨਾਨ ਕਰਦੇ ਹੋ, ਗੁਰੂ ਕੀ ਸਿੱਖਿਆ ਦੇ ਧਾਰਨੀ ਹੁੰਦੇ ਹੋ, ਗੁਰੂ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦੁਸਹਿਰਾ, ਹਉ ਨਾਮ ਹਰਕਾ ਸਦਾ ਜਾਚੋਂ ਦੇਹ ਪ੍ਰਭ ਧਰਨੀ ਧਰਾ। ਹੇ ਧਰਤੀ ਦੇ ਆਸਰੇ ਅਕਾਲ ਪੁਰਖ ਵਾਹਿਗੁਰੂ ਧਰਨੀ ਧਰਾ, ਮੈਂ ਤੇਰੇ ਅੱਗੇ ਅਰਦਾਸ ਕਰਦਾ, ਹਉ ਨਾਮ ਹਰਕਾ ਸਦਾ ਜਾਚੋਂ, ਮੈਂ ਇਹੋ ਜਿਹੇ ਨਾਮ ਦੀ ਇਹੋ ਜਿਹੀ ਸਿੱਖਿਆ ਦੀ ਤੇਰੇ ਕੋਲੋਂ ਯਾਚਨਾ ਕਰਦਾ, ਉਪਦੇਸ਼ ਮੰਗਦਾ ਆ। ਫਿਰ ਬਚਨ ਲਿਖਿਆ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸੰਸਾਰ ਰੋਗੀ ਹੈ, ਰੋਗੀ ਮੀਨ ਜਿਹਨੂੰ ਕਹਿ ਬਿਮਾਰ ਹੈ, ਆਪ ਦੇਖੋਗੇ ਬਿਮਾਰ ਹੀ ਹੈ ਸਾਰੇ ਦਾ ਸਾਰਾ। ਈਰਖਾ, ਦਵੈਖ, ਸਾੜੇ, ਵਾਸ਼ਨਾਵਾਂ, ਤ੍ਰਿਸ਼ਨਾ, ਇਹ ਸਭ ਕਿਸ ਲੈਵਲ 'ਤੇ ਭਰੀਆਂ ਪਈਆਂ ਨੇ। ਮਤਲਬ ਹਰ ਚੜ੍ਹਦੇ ਦਿਨ ਤੁਹਾਨੂੰ ਆਲੇ ਦੁਆਲੇ ਲੋਕ ਮਿਲਣਗੇ। ਆਪ ਸਰਲ ਭਾਵ ਵਿੱਚ ਬਾਤ ਕੀਤੀ ਜਾਏ, ਜਿਵੇਂ ਮੈਂ ਕੁਛ ਹਫ਼ਤੇ ਪਹਿਲਾਂ ਇੱਕ ਇੱਥੇ ਟੋਰਾਂਟੋ ਦੀ ਇੱਕ ਟੀਮ ਦਾ ਕਿਸੇ ਕੋਚ ਦਾ ਇੰਟਰਵਿਊ ਸੁਣ ਰਿਹਾ ਸੀਗਾ CBC ਉੱਤੇ, ਅਤੇ ਉਹਨੂੰ ਪੁੱਛਦਾ ਹੈ, ਕਹਿੰਦਾ ਵੀ ਉਹ ਅਫਰੀਕਨ ਮੂਲ ਤੋਂ ਸੀਗਾ, ਅਤੇ ਉਹ ਕਹਿੰਦਾ ਵੀ ਆਰ ਯੂ ਇਨ ਸਟ੍ਰੈਸ ਬਿਕੋਜ਼ ਦੇਰ ਆਰ ਸਮ ਬਿਗ ਗੇਮਸ ਐਂਡ ਯੂਰ ਟੀਮ ਇਜ਼ ਲੂਜ਼ਿੰਗ ਫਰੋਮ ਲਾਸਟ 5-6 ਗੇਮਸ ਐਂਡ ਟੁਮਾਰੋ ਅਗੇਨ ਇਜ਼ ਵਨ ਆਫ ਦ ਬਿਗ ਗੇਮ ਐਂਡ ਯੂ ਮਸਟ ਬੀ ਅੰਡਰ ਸਟ੍ਰੈਸ। ਉਹ ਹੱਸ ਪਿਆ, ਹੱਸ ਕੇ ਕਹਿੰਦਾ ਸਟ੍ਰੈਸ, ਡੂ ਯੂ ਅੰਡਰਸਟੈਂਡ ਵਟ ਡਜ਼ ਸਟ੍ਰੈਸ ਮੀਨ? ਕਹਿੰਦਾ ਕੀ ਮਤਲਬ? ਕਹਿੰਦਾ ਇੱਕ ਆਹਦਾ ਸਟ੍ਰੈਸ ਆ ਅਤੇ ਖੇਡਣਾ ਆ, ਫਨ ਆ, ਇੰਜੋਏ ਕਰਨਾ, ਬਸ ਇਸ ਤੋਂ ਵੱਧ ਕੁਛ ਨਹੀਂ ਹੈਗਾ। ਸਟ੍ਰੈਸ ਦਾ ਮਤਲਬ ਸਮਝ। ਕਹਿੰਦਾ ਮੈਂ ਅਫਰੀਕਾ ਤੋਂ ਆ ਰਿਹਾ, ਮੇਰਾ ਉੱਥੇ ਅੰਕਲ ਆ, ਉਹਦੇ ਕੋਈ 8 ਬੱਚੇ ਨੇ, ਉਹਦੇ ਕੋਲ ਕੋਈ ਰੁਜ਼ਗਾਰ ਨਹੀਂ ਗਾ, ਅਤੇ ਉਹਦੀ ਵਾਈਫ ਪਿੱਛੇ ਕਰਕੇ ਜਿਹੜਾ ਹੈਗਾ ਬਿਮਾਰੀ ਫੈਲਣ ਦੇ ਨਾਲ ਉਹ ਮੌਤ ਹੋ ਗਈ ਉਹਦੀ, ਬੱਚੇ ਛੋਟੇ ਨੂੰ ਆਪ ਹੀ ਸਾਂਭ ਰਿਹਾ। ਮੈਨੂੰ ਹੁਣੀ ਪਤਾ ਲੱਗਾ, ਕਹਿੰਦਾ ਕਿ ਉਹਨੂੰ ਵੀ ਕੋਈ ਜਿਹੜੀ ਹੈਗੀ ਹੈ ਕਿਡਨੀ ਡਿਜ਼ੀਜ਼ ਹੋ ਗਈ ਹੈ, ਅਤੇ ਉਹਦੇ ਵੀ ਸਰਵਾਈਵ ਦਾ ਜਿਹੜਾ ਹੈਗਾ ਕੋਈ ਉਮੀਦ ਨਹੀਂ ਹੈਗੀ, ਬੱਚੇ ਛੋਟੇ ਨੇ। ਕਹਿੰਦਾ ਸਟ੍ਰੈਸ ਦਾ ਮਤਲਬ ਸਮਝਦਾ? ਉਹਨੂੰ ਪੁੱਛ, ਉਹ ਹੈ ਸਟ੍ਰੈਸ ਜਿੱਥੇ ਬੰਦੇ ਨੂੰ ਖਾਣ ਲਈ ਨਹੀਂ ਮਿਲ ਰਿਹਾ, ਪੀਣ ਨੂੰ ਨਹੀਂ ਮਿਲ ਰਿਹਾ, ਜਿੱਥੇ ਬੰਦੇ ਨੂੰ ਈਵਨ ਕੋਈ ਮੈਡੀਕਲ ਟ੍ਰੀਟਮੈਂਟ ਨਹੀਂ ਮਿਲ ਰਿਹਾ, ਕੋਈ ਹਾਲਤ ਨਹੀਂ ਹੈਗੀ, ਕਿੱਧਰ ਜਾਵਾਂਗਾ? ਇਹਨੂੰ ਸਟ੍ਰੈਸ ਕਿਹਾ ਜਾਂਦਾ ਹੈਗਾ। ਹੁਣ ਅੱਜ ਦੇ ਮੁਹਾਜ ਵਿੱਚ ਦੇਖਿਆ ਜਾਏ, ਜਿਹਨਾਂ ਮੁਲਕਾਂ 'ਚ ਅਸੀਂ ਬੈਠੇ ਹਾਂ, ਸੋਸ਼ਲ ਸਿਕਿਉਰਿਟੀ ਹੈ ਇੱਥੇ, ਹੈਲਥ ਕੇਅਰ ਹੈ ਇੱਥੇ, ਹਰ ਤਰ੍ਹਾਂ ਦਾ ਆਹਾਰ ਖੁਰਾਕ ਸਭ ਅਵੇਲੇਬਲ ਆ, ਅਤੇ ਹਾਲਤ ਕੀ ਹੈ? ਹਰ ਇੱਕ ਤੀਸਰਾ ਚੌਥਾ ਬੰਦਾ, ਤੁਹਾਨੂੰ ਕੈਮਐਚ ਦੀ ਸਟੱਡੀ ਸਾਡੀ ਦੱਸਦੀ ਹੈ, ਹਰ ਇੱਕ ਪੰਜਵਾਂ ਜਿਹੜਾ ਕੈਨੇਡੀਅਨ ਆ ਉਹ ਮੈਂਟਲੀ ਸਿੱਕ ਆ। ਇਸ ਮੈਂਟਲ ਸਿਕਨੈਸ ਦੇ ਵਿੱਚ ਜਿਹੜੇ ਤੁਸੀਂ ਉਹਨਾਂ ਦੇ ਡਿਸਆਰਡਰਸ ਵਗੈਰਾ ਦੇਖਦੇ ਹੋ, ਮੋਸਟਲੀ ਕੀ ਨੇ? ਡਿਪਰੈਸ਼ਨ ਆ, ਸਟ੍ਰੈਸ ਆ, ਐਨਗਜ਼ਾਇਟੀ ਆ, ਇਹ ਸਭ ਚੀਜ਼ਾਂ। ਸੰਸਾਰ ਰੋਗੀ, ਇਹ ਰੋਗੀ ਹੈ ਸੰਸਾਰ, ਅਤੇ ਰੋਗੀ ਕਿੱਥੋਂ ਬਣ ਗਿਆ? ਰੋਗੀ ਇੱਥੋਂ ਨਹੀਂ ਬਣਿਆ ਕਿ ਕੋਈ ਐਕਸਟਰਨਲ ਬਹੁਤ ਵੱਡਾ ਇਸ਼ੂ ਆ ਗਿਆ ਅਤੇ ਬੜਾ ਵੱਡਾ ਕੋਈ ਡਿਜ਼ਾਸਟਰ ਫੈਲ ਰਿਹਾ ਅਤੇ ਉਹਦੇ ਕਰਕੇ ਰੋਗੀ। ਇਸ ਕਰਕੇ ਬੰਦੇ ਨੂੰ ਜਿਉਣਾ ਨਹੀਂ ਆ ਰਿਹਾ, ਬੰਦੇ ਨੂੰ ਰਹਿਣਾ ਨਹੀਂ ਆ ਰਿਹਾ, ਬੰਦੇ ਨੂੰ ਆਪਣੇ ਆਪ ਨਾਲ, ਆਪਣੇ ਆਲੇ ਦੁਆਲੇ ਨਾਲ ਡੀਲ ਕਰਨਾ ਨਹੀਂ ਆ ਰਿਹਾ। ਫਿਰ ਇਹੋ ਜਿਹਾ ਬੰਦਾ ਧਾਰਮਿਕ ਸਥਾਨਾਂ ਵੱਲ ਨੂੰ ਭੱਜ ਰਿਹਾ ਵੀ ਸ਼ਾਇਦ ਉੱਥੋਂ ਤੇ ਧਾਰਮਿਕ ਸਥਾਨਾਂ 'ਤੇ ਉੱਥੇ ਹੈ ਕੁਝ ਨਹੀਂ ਗਾ। ਜਿਵੇਂ ਅਸੀਂ ਕਈ ਵਾਰੀ ਗੁਰੂ ਸਾਹਿਬ ਦੇ ਹੁਕਮਨਾਮੇ ਦਾ ਇੱਕ ਸ਼ਬਦ ਪੜ੍ਹਦੇ ਹਾਂ, ਮਹਾਰਾਜ ਜ਼ਿਕਰ ਕਰਦੇ ਕਿ ਹਾਲਤ ਇਹ ਹੈ ਕਿ ਜਿਵੇਂ ਜੋ ਕਿਆ ਬਗ ਬਪੂੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਇੱਕ ਤੇ ਬਗਲਾ, ਅਤੇ ਬਗਲਾ ਸੁਧਾਰ ਕਰਾਉਣ ਵਾਸਤੇ ਆਪਣਾ ਪਹੁੰਚ ਗਿਆ ਚਿੱਕੜ ਦੀ ਛੱਪੜੀ ਦੇ ਵਿੱਚ, ਅਤੇ ਕਿੱਥੋਂ ਕਲਿਆਣ ਹੋ ਜਾਏਗਾ? ਪਹਿਲਾਂ ਤਾਂ ਆਪ ਆਪਣੇ ਆਪਣੀ ਹਾਲਤ ਕੁਝ ਨਹੀਂ ਹੈ ਕਿ ਆਪਣਾ ਕੁਝ ਜਿਹੜਾ ਹੈ ਸਵਾਰਿਆ ਜਾ ਸਕੇ। ਫਿਰ ਦੂਸਰੇ ਲੈਵਲ 'ਤੇ ਜਿੰਨਾ ਅਸੀਂ ਧਾਰਮਿਕ ਜਾਂ ਧਾਰਮਿਕ ਇੰਸਟੀਟਿਊਸ਼ਨ ਦੇ ਮਗਰ ਭੱਜਦੇ ਹਾਂ, ਉਹਨਾਂ 'ਚ ਸਵਾਏ ਕਿੱਚੜ ਤੋਂ ਕੁਛ ਨਹੀਂ ਹੈਗਾ। ਇੱਥੋਂ ਤਾਂ ਫਿਰ ਗਰਕ ਹੋਣ ਤੋਂ ਬਿਨਾਂ ਕੁਝ ਬਚਿਆ ਨਾ ਨਾ। ਕਿਆ ਬਗ ਬਪੂੜਾ ਛੱਪੜੀ ਨਾ ਆਏ, ਉਹ ਛੱਪੜ 'ਚ ਡੁੱਬ ਕੇ ਕਿੱਥੇ ਉਹਨੂੰ ਕੁਝ ਮਿਲ ਸਕਦਾ ਹੈ? ਕੀਚੜ ਡੁੱਬੈ ਮੈਲ ਨਾ ਜਾਏ, ਕਿੱਚੜ ਦੇ ਵਿੱਚ ਕਦੀ, ਜਿਹਨੂੰ ਅਸੀਂ ਪੰਜਾਬੀ ਚਿੱਕੜ ਕਹਿ ਦਿੰਦੇ ਹਾਂ, ਚਿੱਕੜ ਵਿੱਚ ਵੀ ਕਦੀ ਕਿਸੇ ਨੂੰ ਕੁਝ ਭਲਾ ਹੋਇਆ? ਬੰਦੇ, ਇਹ ਤੇ ਗੁਰੂ ਬਾਬਾ ਜੀ ਨੇ ਤਰਸ ਕੀਤਾ ਸਾਡੇ 'ਤੇ, ਮਨੁੱਖਤਾ ਦੇ ਕਲਿਆਣ ਹਿੱਤ ਆ ਅਗੰਮੀ ਰਚਨਾ ਜਿਹੜੀ ਹੈ ਕਲਮਬੱਧ ਆਪ ਕਰਕੇ ਰੱਖ ਦਿੱਤੀ। ਐਸੀ ਪਵਿੱਤਰ ਰਚਨਾ ਜਿਹਦੇ 'ਚ ਕੋਈ ਮੇਲ, ਕੋਈ ਕਿਸੇ ਰੂਪ ਵਿੱਚ ਕੋਈ ਮਿਕਸਚਰ ਨਾ ਕਰ ਸਕੇ, ਕੁਛ ਨਾ ਕਰ ਸਕੇ। ਹੁਣ ਸਿੱਖੀ ਆਸ਼ੇ ਦੇ 'ਚ ਜੇ ਕਿਤੇ ਬੰਦਾ ਸੱਜੇ ਖੱਬੇ ਭਟਕ ਵੀ ਜਾਏ, ਸਾਡੇ ਇੰਸਟੀਟਿਊਸ਼ਨ ਭਟਕ ਜਾਣ ਸੱਜੇ ਖੱਬੇ,
ਤੇ ਬਾਣੀ ਸਾਡੀ ਆਪਣੀ ਜ਼ਬਾਨ ਗੁਰਮੁਖੀ ਅੱਖਰ ਨੇ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹਿਆ ਜਾਏ ਅਤੇ ਬਾਣੀ ਪੜ੍ਹਦਿਆਂ ਹੋਇਆ ਬੰਦਾ ਅਹਿਸਾਸ ਕਰਦਾ ਨਹੀਂ ਨਹੀਂ ਆਹ ਕਰਮ ਨਹੀਂ ਕਰਨੇ ਚਾਹੀਦੇ, ਇਹੋ ਜਿਹੀਆਂ ਗੱਲਾਂ ਤੋਂ ਸਾਨੂੰ ਪਰਹੇਜ਼ਗਾਰ, ਕਿਉਂਕਿ ਸਾਰਾ ਸੱਚ ਬਾਣੀ ਦਰਸਾ ਰਹੀ ਹੈ ਇਸ ਰੂਪ ਦੇ ਵਿੱਚ। ਇਸ ਕਰਕੇ ਸਾਡਾ ਬਚਾਅ ਆ, ਅਦਰਵਾਈਜ਼ ਮਨੁੱਖ ਦੀ ਬਿਰਤੀ ਜਿਹੜੀ ਹੈ ਜਾਂ ਤਾਂ ਉਹ ਹਿਪੋਕ੍ਰੇਸੀ ਚਲਾ ਜਾਂਦਾ ਧਰਮ ਦੀ ਥਾਂ 'ਤੇ, ਵਿਖਾਵਾ ਪਖੰਡ ਅਡੰਬਰ ਵੱਡੇ ਲੈਵਲ 'ਤੇ, ਜਾਂ ਬਿਲਕੁਲ ਹੀ ਬਾਗੀ ਹੋ ਜਾਂਦਾ, ਨਹੀਂ ਨਹੀਂ ਕੋਈ ਧਰਮ ਨਹੀਂ ਕੋਈ ਕੁਛ ਨਹੀਂ। ਭਾਈ ਤੂੰ ਆਪ ਕਰਕੇ ਦੇਖ ਨਾ, ਇਹਨੂੰ ਅਪਣਾ ਕੇ ਦੇਖ। ਗੁਰੂ ਬਾਬਾ ਜੀ ਨੇ ਜ਼ਿਕਰ ਕੀਤਾ ਸੰਸਾਰ ਰੋਗੀ, ਸੰਸਾਰ ਬਿਮਾਰ ਆ, ਫਿਰ ਨਾਮ ਦਾਰੂ, ਇਹਦਾ ਕਲਿਆਣ ਨਾਮ ਦੇ ਵਿੱਚ ਹੋਣਾ। ਰੱਬ ਦੀ ਸੱਚੀ ਸੁੱਚੀ ਹੋਂਦ ਨੂੰ ਜੀਵਨ ਦੇ ਅਮਲ ਵਿੱਚ ਲਿਆ ਕੇ ਬੰਦਾ ਉਹਨੂੰ ਮੰਨ ਕੇ ਉਹਦੇ ਭੈ ਭਾਵ ਵਿੱਚ ਰਹਿ ਕੇ ਆਪਣਾ ਕਲਿਆਣ ਕਰ ਸਕਦਾ, ਇਹ ਨਾਮ ਆ। ਕਿਹਾ ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾਂ। ਜੇ ਅਸੀਂ ਸਚਿਆਰ ਨਹੀਂ ਹੋਵਾਂਗੇ ਸਾਡੀ ਅੰਦਰ ਦੀ ਸੁਰਤ ਮੈਲੀ ਰਹੇਗੀ, ਅਤੇ ਮੈਲੀ ਸੁਰਤ, ਮੈਲ ਤਾਂ ਤੁਸੀਂ ਦੇਖੋ ਨਾ ਇਕੱਲੇ ਸਰੀਰ ਨੂੰ ਹੀ ਲੱਗੀ ਹੋਏ, ਅਤੇ ਉਹ ਸਰੀਰ ਨੂੰ ਨਹੀਂ ਟਿਕਣ ਦਿੰਦੀ, ਬੰਦੇ ਨੂੰ ਐਗਜ਼ੀਮਾ ਹੋ ਜਾਂਦਾ ਹੈ, ਬੰਦੇ ਨੂੰ ਜਿਹੜੀ ਹੈ ਸਕਿਨ ਡਿਜ਼ੀਜ਼ ਹੋ ਜਾਂਦੀ ਹੈ ਜੇ ਲਗਾਤਾਰ ਮੈਲ ਰਹੇ ਸਰੀਰ ਦੇ ਉੱਤੇ, ਅਤੇ ਚਮੜੀ ਦੇ ਰੋਗ ਹੋ ਜਾਂਦੇ ਨੇ, ਅਤੇ ਜਿਸਦੇ ਮਨ ਵਿੱਚ ਲਗਾਤਾਰ ਮੈਲ ਰਹੇਗੀ ਉਹਦੀ ਕੀ ਹਾਲਤ ਬਣੇਗੀ। ਜਿਹੜਾ ਸੁਬਹਾ ਤੋਂ ਸ਼ਾਮ ਤੱਕ ਕ੍ਰੋਧ ਵਿੱਚ ਹੀ ਰਹਿੰਦਾ, ਈਰਖਾ ਵਿੱਚ ਰਹਿੰਦਾ, ਕਿਸੇ ਕਿਸਮ ਦੀ ਫਰਸਟ੍ਰੇਸ਼ਨ ਹੀ ਚੱਕੀ ਫਿਰਦਾ, ਹਰ ਵਕਤ ਸਾੜਾ ਹੀ ਚੱਕੀ ਫਿਰਦਾ ਆ, ਇਹੋ ਜਿਹਾ ਬੰਦਾ ਕਿੰਨੀ ਕੁ ਦੇਰ ਰਹੇਗਾ? ਉਹਨੂੰ ਬਿਮਾਰੀਆਂ ਨਹੀਂ ਲੱਗਣਗੀਆਂ, ਉਹਨੂੰ ਉਹ ਯਕੀਨਨ ਤੌਰ 'ਤੇ ਉਹ ਬਿਮਾਰ ਹੋ ਕੇ ਸੰਸਾਰ ਦੇ ਵਿੱਚ ਆਪਣਾ ਜਿਹੜਾ ਉਹਨੇ ਕੰਟਰੀਬਿਊਟ ਕਰਨਾ ਆ। ਆਪ ਦੇਖੋ ਘਰਾਂ ਥਾਵਾਂ ਪਰਿਵਾਰਾਂ ਦੇ ਵਿੱਚ ਜਿਹੜੇ ਕੇਅਰਟੇਕਰਸ ਹੈਗੇ ਨੇ, ਜਿਹਨਾਂ ਨੇ ਪਰਿਵਾਰ ਨੂੰ ਸੰਭਾਲਣਾ ਆ, ਉਹ ਆਪ ਬਿਮਾਰ ਨੇ। ਹੁਣ ਬਿਮਾਰ ਲੋਕ ਜਦੋਂ ਬੱਚਿਆਂ ਦੀ ਕੈਸੀ ਟੇਕ ਕੇਅਰ ਕਰਨਗੇ, ਦੂਜੇ ਪਰਿਵਾਰਕ ਮੈਂਬਰਾਂ ਨੂੰ ਕੀ ਸਾਂਭਣਗੇ? ਸੋ ਇਹ ਸਭ ਈਰਖਾ ਦਵਾਇਕ ਸਾੜੇ ਸਭ ਉੱਥੋਂ ਫਿਰ ਲਗਾਤਾਰ ਵੱਧਦੇ ਤੁਰੇ ਲੱਗੇ ਜਾਂਦੇ। ਗੁਰੂ ਬਾਬਾ ਜੀ ਨੇ ਇਹਦੇ 'ਚ ਜ਼ਿਕਰ ਕੀਤਾ, ਸੱਚੀ ਇਸ ਸੱਚਾਈ ਨੂੰ ਚੇਤੇ ਰੱਖ, ਮੈਲ ਲਾਗੈ ਸੱਚ ਬਿਨਾਂ। ਜਿੰਨੀ ਦੇਰ ਤੱਕ ਤੂੰ ਸਚਿਆਰ ਨਹੀਂ ਹੁੰਦਾ, ਸ਼ਬਦ ਨੂੰ ਪੜ੍ਹ ਕੇ ਸਮਝ ਕੇ ਹੌਲੀ ਹੌਲੀ ਉਹਦੇ ਮੁਤਾਬਕ ਆਪਣੀਆਂ ਸੋਚਾਂ ਨਹੀਂ ਢਾਲਦਾ, ਤੇਰਾ ਕਲਿਆਣ ਨਹੀਂ ਹੋਣਾ। ਗੁਰਵਾਕ ਨਿਰਮਲ, ਸਿੰਪਲ ਪੰਜਾਬੀ ਹੈ, ਸਮਝ ਆਉਂਦੀ ਹੈ, ਵਾਕ ਬਚਨ ਬੋਲ, ਵਰਡਸ ਲਫਜ਼ ਅਲਫਾਜ਼, ਗੁਰੂ ਕਾ ਵਾਕ ਹੀ ਨਿਰਮਲ ਹੈ। ਨਿਰਮਲ ਕਹਿੰਦੇ ਮੈਲ ਲਾਉਣ ਵਾਲਾ, ਜਿਵੇਂ ਹੱਥ ਨੂੰ ਪਾਣੀ ਵਿੱਚ ਡੁਬੋਈਏ ਤੇ ਹੱਥ ਦੀ ਮਿੱਟੀ ਲੈ ਜਾਂਦੀ ਹੈ, ਜੇ ਅਸੀਂ ਮਨ ਨੂੰ ਬਾਣੀ ਵਿੱਚ ਡੁਬੋਵਾਂਗੇ ਇਹਦੇ ਨਾਲ ਮਨ ਦਾ ਮੈਲ ਉਤਰਨਾ ਸ਼ੁਰੂ ਹੋ ਜਾਏਗਾ। ਗੁਰਵਾਕ ਨਿਰਮਲ, ਫਿਰ ਕਿਆ ਸਦਾ ਚਾਨਣ ਨਿਤ ਸਾਚ ਤੀਰਥ ਮੱਝਣਾ, ਨਿਤਾ ਪ੍ਰਤੀ ਸੱਚ ਦਾ ਤੀਰਥ ਕਰ, ਤੇ ਉਹ ਸੱਚ ਦਾ ਤੀਰਥ ਇਹ ਹੈ ਸਦਾ ਚਾਨਣ, ਇਨਲਾਈਟਮੈਂਟ, ਰੋਸ਼ਨੀ, ਰੋਸ਼ਨ ਦਿਮਾਗ ਹੋਣਾ, ਆਪਣੇ ਅੰਦਰ ਹਰ ਵਿਚਾਰ ਹਰ ਖਿਆਲ ਨੂੰ ਗੁਰਮਤਿ ਸਕੂਲ ਆਫ ਥਾਟ ਦੇ ਨਾਲ ਮੈਚ ਕਰਕੇ ਦੇਖ ਵੀ ਠੀਕ ਆ, ਜਿਵੇਂ ਮੈਂ ਸੋਚਦਾ ਹਾਂ, ਜਿਵੇਂ ਮੈਂ ਬੋਲਦਾ ਹਾਂ, ਜਿਵੇਂ ਮੈਂ ਜਿਹੋ ਜਿਹੇ ਵਿਚਾਰਾਂ ਨੂੰ ਮੈਂ ਲਗਾਤਾਰ ਤਰਜੀਹ ਦੇ ਰਿਹਾ, ਇਹ ਗੁਰਮਤਿ ਆਸ਼ੇ ਮੁਤਾਬਕ ਠੀਕ ਨੇ? ਇਹ ਐਕਚੁਅਲ ਤੇਰਾ ਅਧਿਆਤਮ ਕਰਮ ਹੈ ਜਿਹੜਾ ਕਰਨ ਦੀ ਲੋੜ ਆ। ਦੂਸਰਾ ਪਦ ਆਇਆ ਸਾਚ ਨਾ ਲਾਗੈ ਮੈਲ, ਕਿਆ ਮਲ ਧੋਈ ਹੈ, ਅਤੇ ਜਿਹੜਾ ਸਚਿਆਰ ਹੋ ਗਿਆ ਉਹਨੂੰ ਮਲ ਮਲ ਕੇ ਧੋਣ ਦੀ ਲੋੜ ਵੀ ਨਹੀਂ ਰਹਿ ਜਾਂਦੀ, ਭਾਵ ਉਹਨੂੰ ਇਹਨਾਂ ਤੀਰਥਾਂ ਵਗੈਰਾ ਦੇ ਜਿਹੜਾ 68 ਤੀਰਥਾਂ ਦਾ ਭ੍ਰਮਣ ਸੀਗਾ ਇਸ ਸਾਰੇ ਦੇ 'ਚ ਭਟਕਣ ਦੀ ਲੋੜ ਨਹੀਂ, ਉਹਨੂੰ ਗੁਰੂ ਸਾਹਿਬ ਨੇ ਤੋਂ ਬਾਹਰ ਕੱਢ ਦਿੱਤਾ। ਸਾਚ ਨਾ ਲਾਗੈ ਮੈਲ, ਕਿਆ ਮਲ ਧੋਈ ਹੈ, ਗੁਣੇ ਹਾਰ ਪਰੋਏ ਕਿਸ ਕੋ ਰੋਈ ਹੈ। ਮੋਸਟਲੀ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਕਿ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਸਿਓ ਕੋਏ। ਕਿਸੇ ਨਾਲ ਨਾ ਓਪਰੀਆਂ ਓਪਰੀਆਂ ਜਿਹੀਆਂ ਗੱਲਾਂ ਕਰੀਏ, ਆਉਂਦੇ ਜਾਂਦੇ ਰਾਹ 'ਚ ਪੁੱਛੀਏ ਕੀ ਹਾਲ ਆ, ਅਗਲਾ ਕਹਿੰਦਾ ਬਹੁਤ ਵਧੀਆ ਜੀ, ਬੜਾ ਠੀਕ ਹੈ ਠੀਕ ਹੈ। ਕੋਲ ਬੈਠ ਕੇ ਦੋ ਚਾਰ ਉਹਨੂੰ ਗਹਿਰੀਆਂ ਗੱਲਾਂ ਕਰਿਆ ਜਿਹਦੇ ਪਤਾ ਲੱਗੇਗਾ, ਓ ਹੋ ਹੋ ਹੋ, ਦੁੱਖ ਕੀਆਂ ਪੰਡਾਂ ਖੁੱਲੀਆਂ, ਉਹ ਪੰਡ ਖੁੱਲਦਿਆਂ ਨਾਲ ਦੁੱਖ ਹੀ ਦੁੱਖ ਆ ਅੰਦਰ, ਬੰਦੇ ਦੇ ਅੰਦਰ ਦੁੱਖ ਹੀ ਦੁੱਖ ਭਰੇ ਪਏ ਨੇ, ਉਪਰੋਂ ਉਪਰੋਂ ਸਭ ਸੁੱਖ ਲੱਗ ਰਿਹਾ, ਅੰਤਰੀਵ ਦੁਨੀਆਂ ਦੇ ਵਿੱਚ ਬੰਦਾ ਦੁੱਖ ਤੋਂ ਬਿਨਾਂ ਕੁਝ ਵੀ ਨਹੀਂ ਸਹੇੜ ਕੇ ਬੈਠਾ। ਇੱਥੇ ਮਹਾਰਾਜ ਜ਼ਿਕਰ ਕਰਦੇ ਹਰ ਬੰਦਾ ਰੋ ਰਿਹਾ, ਜਦੋਂ ਕਿਤੇ ਤੁਸੀਂ ਦੇਖੋਗੇ ਦੋ ਬੰਦੇ ਇਮਾਨਦਾਰੀ ਨਾਲ ਆਪਸ ਵਿੱਚ ਬੈਠਣਗੇ, ਦੋ ਚਾਰ ਉਪਰੀਆਂ ਉਪਰੀਆਂ ਗੱਲਾਂ ਤੋਂ ਬਾਅਦ ਆਪਣਾ ਰੁਦਨ ਸ਼ੁਰੂ ਹੋ ਜਾਏਗਾ, ਜਿਹਨੂੰ ਅਸੀਂ ਕਹਿੰਦੇ ਹਾਂ ਵਾਇਲਨ ਪਲੇਇੰਗ ਸ਼ੁਰੂ ਹੋ ਜਾਂਦੀ, ਉਹ ਬੰਦਾ ਆਪਣਾ ਰੋ ਰਿਹਾ, ਦੂਜਾ ਆਪਣਾ ਰੋ ਰਿਹਾ। ਬਾਬਾ ਜੀ ਕਹਿੰਦੇ ਲੋੜ ਨਹੀਂ, ਕਿਸ ਕੋ ਰੋਈਏ, ਕਿਹਦੇ ਅੱਗੇ ਜਾ ਕੇ ਰੋਏਗਾ, ਕਿਹਦੇ ਅੱਗੇ ਤਰਲੇ ਲਏਗਾ, ਇੱਕ ਕੰਮ ਕਰ, ਗੁਣੇ ਹਾਰ ਪਰੋਏ। ਆਪ ਨੂੰ ਸ਼ਾਇਦ ਪਤਾ ਹੋਏਗਾ ਵਿਹਲੇ ਹੱਥ ਜਿਹੜੇ ਨੇ ਇਹ ਬੰਦੇ ਨੂੰ ਬੋਰ ਕਰਦੇ ਨੇ, ਜਿਵੇਂ ਇੱਥੇ ਬੱਚੇ ਆਮ ਕਰਕੇ ਨਾ ਐਕਚੁਲੀ ਆਈ ਐਮ ਬੋਰਡ, ਆਈ ਐਮ ਗੈਟਿੰਗ ਬੋਰਡ ਅਕਸਰ ਕਹਿੰਦੇ ਨੇ, ਕਰਨ ਨੂੰ ਕੁਛ ਨਹੀਂ ਹੈਗਾ।
ਜੇ ਕਰਨ ਵਾਸਤੇ ਕੁਝ ਮਿਲ ਜਾਏ ਕਿਸੇ ਤਰੀਕੇ ਦੇ ਨਾਲ, ਕਿਤੇ ਰੁੱਝ ਜਾਣ ਤੇ ਜਿਹੜਾ ਬੋਰਡਮ ਆ ਖਤਮ ਹੋ ਜਾਏਗਾ। ਮਨ ਦੀ ਦੁਨੀਆ ਵੀ ਇਸੇ ਤਰ੍ਹਾਂ ਆ, ਮਨ ਦਾ ਕੋਈ ਪ੍ਰੋਗਰਾਮ ਨਹੀਂ, ਮਨ ਨੂੰ ਕੁਝ ਅਸੀਂ ਦਿੰਦੇ ਨਹੀਂ, ਮਨ ਹਰ ਵਕਤ ਫਿਰ ਆਪਣੀ ਦੁਨੀਆ ਸਿਰਜਦਾ, ਉਹਨੂੰ ਫਿਰ ਛੋਟੀਆਂ ਛੋਟੀਆਂ ਚੀਜ਼ਾਂ। ਆਪ ਅਹਿਸਾਸ ਕਰੋ, ਜਿਵੇਂ ਹੁਣੇ ਬਾਤ ਕੀਤੀ ਵੀ ਸਟ੍ਰੈਸ ਕੀ ਹੁੰਦਾ ਆ, ਜਿੱਥੇ ਛੋਟੇ ਛੋਟੇ ਬੱਚੇ ਰੁਲ ਰਹੇ ਨੇ, ਬੰਦਾ ਆਪ ਜਾ ਰਿਹਾ ਆ, ਪਤਨੀ ਚਲੀ ਗਈ ਹੈ, ਇਹੋ ਜਿਹੀ ਦੁਨੀਆ 'ਚ ਫਿਕਰ ਹੋ ਸਕਦਾ ਬੰਦਾ ਸੋਚੇ, ਪਰ ਜਿੱਥੇ ਇੰਨਾ ਹੀ ਫਿਕਰ ਬੰਦੇ ਇਹੋ ਜਿਹੀਆਂ ਚਿੰਤਾਵਾਂ ਬੰਦਾ ਸਿਰਜ ਕੇ ਬੈਠਾ ਹੈ ਵੀ ਸਵੇਰੇ ਨਾ ਮੈਨੂੰ ਫਲਾਂ ਘਰ ਦੇ ਮੈਂਬਰ ਨੇ ਸਮਾਈਲ ਕਰਕੇ ਨਹੀਂ ਬੁਲਾਇਆ, ਦੈਟਸ ਮੀਨ ਦੈਟਸ ਨੋਟ ਗੁੱਡ। ਹੁਣ ਮੈਨੂੰ ਚਾਹੀਦਾ ਕਿ ਮੈਂ ਘੱਟੋ ਘੱਟ 4-5 ਦਿਨ ਆਪਣਾ ਗੁੱਸਾ ਵਿਖਾਵਾਂ, ਮਤਲਬ ਕਰਨ ਨੂੰ ਕੁਛ ਹੈ ਨਹੀਂ, ਮਨ ਵਿੱਚ ਸੋਚਣ ਨੂੰ ਕੁਛ ਹੈ ਨਹੀਂ ਗਾ। ਇਸ ਕਰਕੇ ਬੰਦਾ ਆਪੂ ਹੀ ਦੁਨੀਆ ਸਿਰਜ ਰਿਹਾ ਆਪ। ਇਹ ਇੱਕ ਐਕਚੁਅਲੀ ਕੀ, ਬੋਰਡਮ ਦੂਰ ਕਰਨ ਵਾਸਤੇ ਸ਼ੁਗਲ ਮੇਲਾ ਚੱਲ ਰਿਹਾ। ਤੇ ਫਿਰ ਇਹ ਸ਼ੁਗਲ ਮੇਲਾ ਖਤਮ ਕਿੱਥੇ ਹੁੰਦਾ ਹੈ? ਖਤਮ ਹੁੰਦਾ ਇੱਕ ਦੂਜੇ ਦੇ ਨਾਲ ਲੜਾਈ ਦੇ ਵਿੱਚ, ਝਗੜੇ ਵਿੱਚ, ਉਦੋਂ ਹੀ ਪਤਾ ਲੱਗਦਾ ਜਦੋਂ ਘਰ ਦਾ ਸਾਰਾ ਮਾਹੌਲ ਖਰਾਬ ਹੋ ਗਿਆ, ਉਸਾਵਾ ਨਹੀਂ ਰਿਹਾ। ਇਹਦੇ ਮੁਕਾਬਲਤਨ ਗੁਨਾਹ ਹਾਰ ਪਰੋਏ, ਜਿਹੜੇ ਹੱਥ ਵਿਹਲੇ ਨੇ ਉਹਨਾਂ ਨੂੰ ਹਾਰ ਪਰੋਣ ਵਾਸਤੇ ਦੇ ਦਿਓ। ਹਾਰ ਪੁਰਾਣੇ ਸਮੇਂ ਲੋਕ ਫੁੱਲਾਂ ਵਗੈਰਾ ਦੇ ਪਰੋਇਆ ਕਰਦੇ ਸੀਗੇ। ਬਾਬਾ ਜੀ ਕਹਿੰਦੇ ਗੁਣਾਂ ਦੇ ਹਾਰ ਪਰੋ, ਗੁਣਾਂ ਦੀ ਗੱਲ ਕਰ। ਆਪ ਅਹਿਸਾਸ ਕਰੋ ਆਪਣੇ ਘਰਾਂ ਥਾਵਾਂ ਦੇ ਵਿੱਚ, ਅਸੀਂ ਕਦੋਂ ਕਿਤੇ ਬੈਠ ਕੇ ਆਪਣੇ ਸੋਫਿਆਂ ਦੇ ਉੱਤੇ ਆਪਣੇ ਘਰਾਂ ਦੇ ਵਿੱਚ ਗੁਣਾਂ ਦੀ ਗੱਲ ਕੀਤੀ ਹੋਏ, ਸ਼ੋਭਨੀਕ ਗੁਣਾਤਮਕ ਪੱਖ ਦੀ, ਗੁਣਾਂ ਦੀ ਸਲਾਹਤਾ ਕੀਤੀ ਗਈ ਹੋਏ। ਇਹ ਇਹ ਅਧਿਆਤਮਕ ਕਰਮ ਆ। ਅਸੀਂ ਚੰਗਿਆਈਆਂ ਅੱਛਿਆਈਆਂ ਨੂੰ ਵਡਿਆਈਏ, ਉਹਨਾਂ ਵਡਿਆਈਆਂ ਸ਼ੋਭਨੀਕਤਾ ਨੂੰ ਲੈ ਕੇ ਜਾਈਏ। ਫਿਰ ਬੰਦਾ ਕਹਿੰਦਾ ਵਡਿਆਈ ਕਿਹਦੀ ਕਰਾਂਗੇ ਜੀ? ਵਡਿਆਈ ਉਹਦੀ ਹੋਏਗੀ ਜਿਹਦੇ ਵਿੱਚ ਕੋਈ ਚੰਗਾ ਚੰਗੀ ਚੀਜ਼ ਹੈ, ਸ਼ੋਭਨੀਕਤਾ ਆ। ਬਾਬਾ ਜੀ ਨੇ ਕਿਹਾ ਸਭ ਤੋਂ ਵੱਡਾ ਕੌਣ ਹੈ, ਸਭ ਤੋਂ ਵੱਧ ਵਡਿਆਈਆਂ ਕਿਹਦੇ ਕੋਲ ਨੇ? ਅਕਾਲ ਪੁਰਖ ਵਾਹਿਗੁਰੂ ਜੀ ਕੋਲ। ਅਜੇ ਹੁਣੇ ਆਸਾ ਦੀ ਵਾਰ ਆਪ ਜੀ ਨੇ ਸਰਵਨ ਕੀਤੀ ਤੇ ਸ਼ਬਦ ਕਿੱਥੇ ਮੁੱਕਿਆ? ਜਾ ਕੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ, ਰਿਜ਼ਕ ਸੰਭਾਏ ਸਾਈ ਕਾਰ ਕਮਾਵਣੀ। ਹੁਣ ਜਿਹੜੇ ਇਹੋ ਜਿਹੇ ਬਚਨ ਨੇ, ਇਹ ਸੰਦੇਸ਼ ਕੀ ਦੇ ਰਹੇ ਨੇ? ਬੱਚਿਆਂ ਨਾਲ ਬੈਠ ਕੇ ਗੱਲ ਕੀਤੀ ਜਾਏ, ਵਾਹਿਗੁਰੂ ਜੀ ਕਿੰਨੇ ਸਮਰੱਥ ਨੇ, ਦੇਖੋ ਸਾਨੂੰ ਉਹਨਾਂ ਜ਼ਿੰਦਗੀ ਦਿੱਤੀ, ਸਾਨੂੰ ਸਭ ਕੁਛ ਬਖਸ਼ਿਆ ਹੈਗਾ, ਹੁਣ ਉਸਦੀ ਜ਼ਿੰਦਗੀ ਉਹਦੇ ਬਖਸ਼ੇ ਹੋਏ ਸਾਰੇ ਕਾਸੇ ਨੂੰ ਅਸੀਂ ਚੰਗੇ ਪਾਸੇ ਲਾਉਣਾ ਹੈ। ਤੁਸੀਂ ਜਿਹੜਾ ਚੰਗਾ ਕੰਮ ਕਰੋ, ਕਿਸੇ ਦਾ ਭਲਾ ਕਰੋ, ਪਰਉਪਕਾਰਤਾ ਕਰੋ, ਇਸ ਕਿਸਮ ਦਾ ਸਾਡਾ ਹਿੱਸਾ ਕਨਵਰਸੇਸ਼ਨ ਦਾ ਘਰਾਂ ਥਾਵਾਂ ਵਿੱਚ ਫੈਲਾਅ ਵਿੱਚ ਆਵੇ, ਭਲਾ ਹੋਏਗਾ ਸਾਡਾ ਵੀ, ਪਰਿਵਾਰ ਦਾ ਵੀ, ਆਲੇ ਦੁਆਲੇ ਦਾ ਵੀ। ਗੁਰੂ ਮਹਾਰਾਜ ਕਹਿੰਦੇ ਇਹੋ ਜਿਹੇ ਹਾਰ ਪਰੋ, ਇਹੋ ਜਿਹੀ ਗੱਲਬਾਤ, ਇਹੋ ਜਿਹੇ ਖਿਆਲ ਸਾਂਝੇ ਕਰ। ਗੁਣੇ ਹਾਰ ਪਰੋਏ ਕਿਸ ਕੋ ਰੋਈਐ, ਬਾਕੀ ਸਮਾਜ ਅੱਗੇ ਕਿਹਦੇ ਅੱਗੇ ਜਾ ਕੇ ਤਰਲੇ ਲਏਗਾ? ਹਰ ਕੋਈ ਆਪਣੇ ਦੁੱਖਾਂ ਤੋਂ ਦੁਖੀ ਹੈਗਾ। ਅਗਲਾ ਬਚਨ ਹੈ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ। ਵਿਚਾਰ ਮਾਰੈ, ਬਹੁਤ ਸਾਰੀਆਂ ਇਗਜ਼ਾਮਪਲ ਕੀਤੀਆਂ ਜਾ ਸਕਦੀਆਂ ਨੇ। ਮੈਂ ਇੱਥੇ CSC ਦੇ ਵਿੱਚ ਕੰਮ ਕਰਦਾ ਹਾਂ ਪਿਛਲੇ ਕਾਫੀ ਸਮੇਂ ਤੋਂ, ਅਤੇ ਉਹਦੇ 'ਚ ਆਪ ਕਈ ਵਾਰੀ ਬੰਦਾ ਜੇਲ੍ਹ ਦਾ ਨਾਂ ਸੁਣਦਾ ਤਾਂ ਬੰਦਾ ਕਹਿੰਦਾ ਵੀ ਉੱਥੇ ਬਹੁਤ ਖੂੰਖਾਰ ਲੋਕ ਹੋਣਗੇ, ਐਸੇ ਲੋਕ ਹੋਣਗੇ। ਨੋ ਡਾਊਟ ਕੁਝ ਮੈਂਟਲੀ ਸਿੱਕ ਲੋਕ ਨੇ, ਐਂਟੀ ਸੋਸ਼ਲ ਐਲੀਮੈਂਟ ਨੇ ਇਸ ਤਰੀਕੇ ਨਾਲ, ਪਰ ਵੱਡਾ ਹਿੱਸਾ ਜਿਵੇਂ ਅਸੀਂ ਬਾਹਰ ਪਾਪੂਲੇਸ਼ਨ ਦੇਖਦੇ ਹਾਂ ਇਸੇ ਤਰ੍ਹਾਂ ਦੀ, ਉੱਥੇ ਵੀ ਕੋਈ ਬਹੁਤਾ ਫਰਕ ਨਹੀਂ ਹੈਗਾ। ਹਾਂ, ਮੁਸ਼ਕਲ ਇਹ ਹੈ ਵੀ ਕਿਤੇ ਇਹੋ ਜਿਹਾ ਕੋਈ ਕਰਮ ਹੋ ਗਿਆ ਜਿਸ ਕਰਮ ਤੋਂ ਬਾਅਦ ਸੋਸਾਇਟੀ 'ਚ ਅਨਅਕਸੈਪਟੇਬਲ ਹੋ ਗਏ, ਉੱਥੇ ਜਾਣਾ ਪਏਗਾ। ਉੱਥੇ ਕਈ ਵਾਰੀ ਅਸੀਂ ਦੇਖਦੇ ਹਾਂ ਰੋਂਦੇ ਕੁਰਲਾਉਂਦੇ ਲੋਕਾਂ ਨੂੰ, ਜਿਹੜਾ ਬਚਨ ਲਿਖਿਆ ਨਾ ਮਹਾਰਾਜ ਜੀ ਨੇ ਇੱਥੇ, ਵਿਚਾਰ ਮਾਰੈ ਤਰੈ ਤਾਰੈ। ਅਸੀਂ ਉੱਥੇ ਰਿਸਟੋਰਟ ਆਫ ਜਸਟਿਸ ਦੇ ਪ੍ਰੋਗਰਾਮ ਕਰਦੇ ਹਾਂ, ਮਤਲਬ ਜਿਹਦੇ 'ਚ ਵਿਕਟਮ ਜਿਹੜੇ ਨੇ ਉਹ ਵੀ ਕਹਿੰਦੇ ਨੇ ਸਾਡੇ ਨਾਲ ਧੱਕਾ ਹੋ ਗਿਆ, ਜਿਹੜੇ ਉਹਨਾਂ ਜਿਨ੍ਹਾਂ 'ਤੇ ਇਲਜ਼ਾਮ ਲੱਗਾ ਆ, ਜਿਹੜੇ ਕਲਪ੍ਰਿਟ ਨੇ ਉਹ ਵੀ ਕਹਿੰਦੇ ਸਾਡੇ ਨਾਲ ਧੱਕਾ ਹੋ ਗਿਆ। ਸੋ ਇਸ ਕਰਕੇ ਜਸਟਿਸ ਨੂੰ ਦੁਬਾਰਾ ਰੀਸਟੋਰ ਕਰਨਾ, ਨਿਆਂ ਵਾਕਿਆ 'ਚ ਹੀ ਹੁੰਦਾ ਵਿਖਾਉਣਾ, ਉਹ ਫਿਰ ਇਸ ਕਿਸਮ ਦੇ ਨਾਲ ਕੋਈ ਪ੍ਰੋਗਰਾਮ ਵਗੈਰਾ ਉੱਥੇ ਚਲਾਏ ਜਾਂਦੇ ਨੇ, ਅਤੇ ਉਹਦੇ 'ਚ ਫਿਰ ਉਹ ਇੱਕ ਸਾਡਾ ਉੱਥੇ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਕਿਹਾ ਜਾਏ ਕਿ ਅਸੀਂ ਇੱਕ ਉੱਥੇ ਇੱਕ ਕੋਰਸ ਕਰਾਉਂਦੇ ਹਾਂ, ਕਾਇੰਡ ਆਫ ਡਿਸਕੋਰਸ ਹੁੰਦਾ, ਪਾਰਟੀਸਪੇਸ਼ਨ ਹੁੰਦੀ ਹੈ। ਉਹਦੇ 'ਚ ਕਿਹਾ ਜਾਂਦਾ ਕਿ ਅੱਛਾ, ਜੇ ਸਪੋਜ਼ ਕਰੋ ਵੀ ਜੇ ਰੱਬ ਜੀ ਆਲ ਮਾਈਟੀ ਅਕਾਲ ਪੁਰਖ ਵਾਹਿਗੁਰੂ ਤੈਨੂੰ ਕੋਈ ਇੱਕ ਚੀਜ਼ ਕਰਨ ਦਾ ਮੌਕਾ ਦੇ, ਮਤਲਬ ਇੰਡੀਵਿਜੁਅਲ ਨੂੰ, ਕੀ ਕਰਨਾ ਚਾਹੇਗਾ ਤੂੰ? ਕੋਈ ਕਹਿੰਦਾ ਕਿ ਮੈਂ ਰਾਈਟ ਵੇ ਆਪਣੇ ਆਪ ਨੂੰ ਜੇਲ੍ਹ 'ਚੋਂ ਫਰੀ ਕਰਨਾ ਚਾਹਾਂਗਾ, ਕੋਈ ਕਹੇਗਾ ਵੀ ਜੋ ਜਿਹੜਾ ਮੈਂ ਕਿਸੇ ਦਾ ਕੋਈ ਨੁਕਸਾਨ ਕੀਤਾ ਮੈਂ ਉਹਨੂੰ ਵਾਪਸ ਉਹਨੂੰ ਦੇਣਾ ਚਾਹਾਂਗਾ, ਕੋਈ ਕਹੇਗਾ ਮੈਂ ਰੱਬ ਨੂੰ ਕਹਾਂਗਾ ਮੈਨੂੰ $2 million ਦੇ ਦੇ, ਮਤਲਬ ਆਪ ਜਿਸ ਤਰੀਕੇ ਨਾਲ ਉਸ ਰੂਪ ਦੇ 'ਚ।
ਇੱਕ ਉੱਥੇ ਇਨਮੇਟ ਤੇ ਉਹਨੂੰ ਪੁੱਛਿਆ ਤੇ ਉਹਨੂੰ ਪੁੱਛਿਆ ਵੀ ਤੂੰ ਕਹਿੰਦਾ ਵੀ ਜੇ ਕਿਤੇ ਮੈਨੂੰ ਇਹੋ ਜਿਹਾ ਕੋਈ ਮੌਕਾ ਦੇ ਨਾ ਆਲਮਾਈਟੀ, ਆਈ ਰੀਲੀ ਵਾਂਟ ਟੂ ਮੇਕ ਏ ਟਾਈਮ ਮਸ਼ੀਨ, ਟਾਈਮ ਮਸ਼ੀਨ ਹਾਂ ਕੀ ਕਰੇਗਾ, ਟਾਈਮ ਮਸ਼ੀਨ ਨਾਲ ਬਣਾ ਕੇ ਨਾ ਮੈਂ ਟਾਈਮ ਨੂੰ ਰਿਵਾਇੰਡ ਕਰਾਂਗਾ ਵਾਪਸ, ਇੱਕ ਮੇਰੀ ਜ਼ਿੰਦਗੀ ਦੇ ਉਹ ਜਿਹੜੇ 10 seconds ਨੇ ਮੈਂ ਉਹ ਵਿੱਚੋਂ ਐਲੀਮੀਨੇਟ ਕਰਨੇ ਚਾਹਾਂਗਾ, ਉਹ ਮੈਂ ਉੱਥੋਂ ਡਿਲੀਟ ਕਰਨੇ ਚਾਹਾਂਗਾ। ਉਹ ਕਿਹੜੇ 10 seconds ਨੇ? ਉਹ 10 seconds ਨੇ ਜਦੋਂ ਮੈਂ ਅਤੇ ਮੇਰੀ ਵਾਈਫ ਲੜਦੇ ਹਾਂ, ਦੋਨੋਂ ਜਣੇ ਆਫਿਸਰ ਸੀਗਾ, ਡਿਊਟੀ ਤੋਂ ਵਾਪਸ ਗਿਆ ਘਰੇ, ਕਿਤੇ ਕਿਸੇ ਗੱਲ ਤੋਂ ਆਰਗੂਮੈਂਟ ਹੋ ਗਿਆ, ਸਰਵਿਸ ਗਨ ਕੋਲ ਸੀਗੀ ਲੋਡਿਡ, ਉਹਨੇ ਕੁਛ ਗਲਤ ਬੋਲ ਦਿੱਤਾ ਗਨ ਕੱਢ ਕੇ, ਜੇ ਤੂੰ ਮਾੜਾ ਜਿਹਾ ਵੀ ਇੱਕ ਵਾਰੀ ਹੋਰ ਕਿਹਾ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ। ਉਹਨੇ ਪ੍ਰੋਵੋਕਿੰਗ ਕਰ ਦਿੱਤੀ, ਫੜ ਕੇ ਹੱਥ ਮੱਥੇ 'ਤੇ ਰੱਖ ਦਿੱਤਾ ਅਤੇ ਕਿਹਾ ਹਾਓ ਡੇਅਰ, ਹਾਓ ਕੈਨ ਯੂ ਸੇ ਦੈਟ ਇਫ ਯੂ ਆਰ ਰੀਅਲੀ ਐਕਚੁਲੀ ਦੈਟ ਮਚ ਐਕਚੁਲੀ ਬਰੇਵ ਐਂਡ ਯੂ ਹੈਵ ਦੈਟ ਕਾਇੰਡ ਆਫ ਕਰੇਜ, ਸ਼ੋ ਮੀ। ਪ੍ਰੋਵੋਕਿੰਗ ਦੇ ਵਿੱਚ ਟ੍ਰਿਗਰ ਕਰ ਦਿੱਤਾ, ਲਾਈਫ ਅਰਾਊਂਡ ਆਪ ਆਈਡੀਆ ਲਾਓ। ਉਹ ਕਹਿੰਦਾ ਕਿਤੇ ਮੌਕਾ ਬਣੇ ਨਾ ਮੈਂ ਉਹ 10 ਸਕਿੰਟ ਜ਼ਿੰਦਗੀ ਦੇ ਵਾਪਸ ਕਰਨੇ ਚਾਹਾਂਗਾ। ਜਿਹੜਾ ਬਚਨ ਮਹਾਰਾਜ ਨੇ ਕਿਹਾ ਨਾ, ਵਿਚਾਰ ਮਾਰੈ ਤਰੈ ਤਾਰੈ, ਬੰਦੇ ਦੇ ਵਿੱਚ ਕੋਈ ਵੱਡੇ ਤੋਂ ਵੱਡਾ ਗੁਨਾਹ ਕਰਨ ਤੋਂ ਪਹਿਲਾਂ ਵਿਚਾਰ ਆਉਂਦਾ। ਜੇ ਕਿਤੇ ਉਹਨੂੰ ਉੱਥੇ ਹੀ ਐਲੀਮੀਨੇਟ ਕਰ ਦਿਓ ਕੀ ਹੋਏਗਾ, ਸਾਰੇ ਆਉਂਦੇ ਉਹਦੇ ਫਲ ਜਿਹੜੇ ਨੇ ਖਤਮ ਹੋ ਜਾਣਗੇ। ਬੀਜ ਮਾਰ ਦਿਓ ਨਾ ਬੂਟਾ ਹੋਏਗਾ, ਨਾ ਪੱਤੇ ਹੋਣਗੇ, ਨਾ ਫੁੱਲ ਹੋਣਗੇ, ਨਾ ਫਲ ਹੋਏਗਾ, ਕੁਛ ਵੀ ਨਹੀਂ ਹੋਏਗਾ। ਵਿਚਾਰ ਮਾਰੈ, ਬਾਬਾ ਕਹਿੰਦੇ ਆਹ ਤੀਰਥ ਨਵਾਉਣਾ ਤੁਹਾਨੂੰ, ਇਤਨੇ ਪਵਿੱਤਰ ਕਰ ਦੇਣਾ ਤੁਹਾਡੇ ਵਿਚਾਰਾਂ ਨੂੰ ਹੀ ਬਿਲਕੁਲ ਜਿਹੜਾ ਤਬਦੀਲ ਕਰ ਦੇਣਾ, ਬਦਲਾਅ ਵਿੱਚ ਕਰ ਦੇਣਾ ਹੈਗਾ। ਸੋ ਵਿਚਾਰ ਮਾਰੈ ਤਰੈ ਤਾਰੈ, ਉਲਟ ਜੋਨ ਨਾ ਆਵੇ, ਫਿਰ ਬੰਦੇ ਦੀਆਂ ਜੂਨਾਂ ਵਿੱਚ ਉਹਦੀ ਰੀਕਾਰਨੇਸ਼ਨ ਹੋਏਗੀ, ਉਹਨੂੰ ਜੰਮਣਾ ਮਰਨਾ ਪਏਗਾ, ਕਦੀ ਵੀ ਨਹੀਂ ਹੋ ਸਕਦਾ। ਉਹਦੀ ਸੈਲਵੇਸ਼ਨ ਪੱਕੀ ਹੈ। ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ, ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀ ਹੋਈ ਹਸਤੀ ਪਾਰਸ ਬਣ ਜਾਂਦੀ ਹੈ, ਪਰਮ ਧਿਆਨ ਵਿੱਚ ਜੁੜ ਜਾਂਦੀ ਹੈ, ਉਹਦਾ ਫਿਰ ਵਾਕਿਆ 'ਚ ਹੀ ਉਹ ਸੱਚ ਨਾਲ ਉਹਦਾ ਭਾਣਾ ਹੋ ਜਾਂਦਾ, ਭਾਵ ਸੱਚ ਦੇ ਨਾਲ ਆਤਮ ਸਾਥ ਹੋ ਜਾਂਦਾ। ਆਨੰਦ ਅਨਦਿਨ ਹਰਕ ਸਾਚਾ ਦੁੱਖ ਕਿਲਵਿਕ ਪਰ ਹਰੇ, ਹਰ ਵਕਤ ਆਨੰਦ ਸੁਖਮਈ ਅਵਸਥਾ ਅਤੇ ਦੁੱਖ ਕਿਲਵਿਕ, ਦੁੱਖਾਂ ਦੇ ਬੀਜ ਪਾਪ ਜਿਹੜੇ ਸੀਗੇ ਉਹ ਬਿਲਕੁਲ ਖਤਮ ਹੋ ਗਏ। ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ, ਬਾਬਾ ਜੀ ਜ਼ਿਕਰ ਕਰਦੇ ਜਿਨ੍ਹਾਂ ਨੇ ਸੱਚ ਦੇ ਨਾਮ ਨੂੰ ਮੰਨ ਲਿਆ ਉਹਨਾਂ ਦੇ ਵਿੱਚ ਫਿਰ ਬਿਲਕੁਲ ਮੈਲ ਲੱਗਣ ਦੀ ਕੋਈ ਉਮੀਦ ਨਹੀਂ ਰਹਿ ਜਾਂਦੀ, ਭਾਵ ਵਾਕਿਆ 'ਚ ਉਹ ਸੱਚ ਦਾ ਤੀਰਥ ਨਹਾ ਕੇ ਸੱਚ ਦੇ ਰੂਪ ਵਿੱਚ ਸਚਿਆਰ ਹੋ ਕੇ ਸੱਚਖੰਡ ਪਹੁੰਚ ਜਾਂਦੇ। ਸਾਹਿਬ ਰਹਿਮਤ ਕਰਨ, ਐਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਿਤਾਰਨੀਆਂ, ਇੱਥੇ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ।